ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੜ੍ਹਦੀ ਕਲਾ ਗੁਰਬਾਣੀ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਗੁਰਮਤਿ ਵਿਚਾਰ ਦੇ ਵਿੱਚ। ਜਿਵੇਂ ਕਿ ਆਪ ਜੀ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਰਾਹੀਂ ਅਸੀਂ ਗੁਰਬਾਣੀ, ਗੁਰ ਇਤਿਹਾਸ ਅਤੇ ਗੁਰਮਤਿ ਰਹਿਤ ਮਰਿਆਦਾ ਨਾਲ ਸੰਬੰਧਿਤ ਵੱਖ ਵੱਖ ਵਿਸ਼ੇ ਆਪ ਜੀ ਅੱਗੇ ਲੈ ਕੇ ਆਉਂਦੇ ਹਾਂ, ਜਿਨ੍ਹਾਂ ਵਿਸ਼ਿਆਂ 'ਤੇ ਵਿਚਾਰ ਕਰਦੇ ਨੇ ਸਾਡੇ ਆਏ ਹੋਏ ਵਿਦਵਾਨ। ਅਤੇ ਇਸ ਪ੍ਰੋਗਰਾਮ ਦੀ ਖਾਸ ਗੱਲ ਇਹ ਹੈ ਕਿ ਇਸ ਪ੍ਰੋਗਰਾਮ ਦੇ ਰਾਹੀਂ ਲਾਈਵ ਕਾਲਿੰਗ ਕਰਕੇ ਆਪ ਜੀ ਸਾਡੇ ਆਏ ਹੋਏ ਵਿਦਵਾਨਾਂ ਤੋਂ ਵਿਸ਼ੇ ਨਾਲ ਸੰਬੰਧਿਤ ਪ੍ਰਸ਼ਨ ਵੀ ਕਰ ਸਕਦੇ ਹੋ ਅਤੇ ਇਸ ਪ੍ਰੋਗਰਾਮ ਦਾ ਹਿੱਸਾ ਵੀ ਬਣ ਸਕਦੇ ਹੋ। ਸੋ ਸਭ ਤੋਂ ਪਹਿਲਾਂ ਸਾਡੇ ਅੱਜ ਦੇ ਵਿਦਵਾਨ ਭਾਈ ਸ਼ਮਸ਼ੇਰ ਸਿੰਘ ਜੀ ਢੱਡਰੀਆਂ ਤੋਂ, ਉਹਨਾਂ ਦਾ ਸਵਾਗਤ ਕਰਦੇ ਹਾਂ। ਭਾਈ ਸਾਹਿਬ ਜੀ, ਬਹੁਤ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਅਸੀਂ ਦਰਸ਼ਕਾਂ ਨੂੰ ਦੱਸ ਦਈਏ ਕਿ ਸਾਡਾ ਅੱਜ ਦਾ ਵਿਸ਼ਾ ਹੈ ਮਨ ਦਾ ਸੰਕਲਪ। ਗੁਰਬਾਣੀ ਵਿੱਚ ਮਨ ਬਾਰੇ ਕੀ ਕਿਹਾ ਗਿਆ ਹੈ, ਕਿਉਂ ਕਿਹਾ ਗਿਆ ਹੈ ਅਤੇ ਅਸੀਂ ਆਪਣੇ ਮਨ 'ਤੇ ਕਿਵੇਂ ਕੰਮ ਕਰ ਸਕਦੇ ਹਾਂ। ਸੋ ਭਾਈ ਸਾਹਿਬ ਜੀ, ਸਭ ਤੋਂ ਪਹਿਲਾਂ ਜੇ ਅਸੀਂ ਸਵਾਲ ਲਈਏ, ਅਸਲ ਵਿੱਚ ਮਨ ਹੈ ਕੀ? ਇਹ ਕਨਸੈਪਟ ਆਪ ਜੀ ਗੁਰਬਾਣੀ ਦੇ ਆਸ਼ੇ ਅਨੁਸਾਰ ਖੋਲੋ ਜੀ। ਹਾਂਜੀ, ਜੋ ਵੀ ਸੰਗਤਾਂ ਸਰਵਣ ਕਰ ਰਹੀਆਂ ਨੇ, ਜੋ ਅੱਜ ਦਾ ਆਪਾਂ ਮੇਨ ਕਨਸੈਪਟ ਹੈ ਕਿ ਮਨ ਕੀ ਹੈ ਜੀ। ਗੁਰਬਾਣੀ ਦੇ ਵਿੱਚ ਮਨ ਦੀ ਜਿਹੜੀ ਹੈ ਬਹੁਤਾਤ ਦੇ ਵਿੱਚ ਕਾਫੀ ਗੱਲ ਕੀਤੀ ਗਈ ਹੈ ਜੀ। ਜਦੋਂ ਮਨ ਸ਼ਬਦ ਨੂੰ ਅਸੀਂ ਦੇਖਦੇ ਹਾਂ ਨਾ ਧਿਆਨ ਦੇ ਨਾਲ, ਮਨ ਸ਼ਬਦ ਸੰਸਕ੍ਰਿਤ ਭਾਸ਼ਾ ਦੇ ਸ਼ਬਦ ਮਨੁਸ਼ ਤੋਂ ਬਣਿਆ ਹੈ ਜੀ, ਜਿਹਦਾ ਅਰਥ ਹੈ ਸਾਡੇ ਜੋ ਵੀ ਸਾਡੀ ਸੁਰਤ ਦੇ ਵਿੱਚ ਵਿਚਾਰ ਨੇ ਜੀ, ਜਾਂ ਜੋ ਵੀ ਸਾਡੇ ਸੰਕਲਪ ਨੇ, ਜੋ ਵਿਕਲਪ ਨੇ, ਉਹਨਾਂ ਦੇ ਸਾਰੇ ਸਮੂਹ ਨੂੰ ਮਨ ਕਿਹਾ ਜਾਂਦਾ। ਸਾਡੇ ਜਿੰਨੇ ਵੀ ਵਿਚਾਰ ਸਾਡੀ ਸੁਰਤ ਦੇ ਵਿੱਚ ਨੇ, ਸਾਡੇ ਵਿਕਲਪ ਹੋ ਗਏ, ਸੰਕਲਪ ਹੋ ਗਏ, ਜਾਂ ਜੋ ਵੀ ਕੁਝ ਸਾਡੇ ਮਨ ਦੇ ਵਿੱਚ ਆਉਂਦਾ, ਉਹਨਾਂ ਦੇ ਸਾਰੇ ਸਮੂਹ ਨੂੰ ਮਨ ਕਿਹਾ ਜਾਂਦਾ ਜੀ। ਅਤੇ ਆਮ ਕਰਕੇ ਜਦੋਂ ਅਸੀਂ ਦੇਖਦੇ ਹਾਂ, ਸੰਸਾਰ ਦੇ ਵਿੱਚ ਦੋ ਤਰ੍ਹਾਂ ਦੀਆਂ ਚੀਜ਼ਾਂ ਨੇ ਜੀ, ਇੱਕ ਸਥੂਲ ਹੈ ਅਤੇ ਇੱਕ ਅਸਥੂਲ ਹੈ। ਬਿਲਕੁਲ, ਸੂਖਮ ਤੌਰ 'ਤੇ ਵੀ ਚੀਜ਼ਾਂ ਨੇ ਅਤੇ ਅਸਥੂਲ ਤੌਰ ਦੇ ਉੱਤੇ ਵੀ ਚੀਜ਼ਾਂ ਨੇ ਜੀ। ਸੂਖਮ ਦਾ ਭਾਵ ਹੁੰਦਾ ਜਿਹੜੀਆਂ ਚੀਜ਼ਾਂ ਸਾਨੂੰ ਨਜ਼ਰ ਨਾ ਆਉਣ। ਕੁਦਰਤ ਦੇ ਵਿੱਚ ਬੜੀਆਂ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਨਜ਼ਰ ਨਹੀਂ ਆਉਂਦੀਆਂ ਇਹਨਾਂ ਅੱਖਾਂ ਦੇ ਨਾਲ ਜੀ, ਅਤੇ ਕੁਝ ਇਹੋ ਜਿਹੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਅਸਥੂਲ ਕਿਹਾ ਜਾਂਦਾ। ਅਸਥੂਲ ਦਾ ਭਾਵ ਹੁੰਦਾ ਵੀ ਜਿਹੜੀਆਂ ਨਜ਼ਰ ਆਉਣ ਸਾਨੂੰ ਇਹਨਾਂ ਅੱਖਾਂ ਦੇ ਨਾਲ। ਜਿਵੇਂ ਕੁਦਰਤ ਦੇ ਵਿੱਚ ਅਸੀਂ ਦੇਖਦੇ ਹਾਂ, ਸਾਰੀ ਬਨਸਪਤੀ, ਸਾਰੀ ਕਾਇਨਾਤ, ਦਰਖਤ ਨੇ, ਰੁੱਖ ਨੇ, ਜਾਨਵਰ ਨੇ, ਪਸ਼ੂ ਪੰਛੀ ਨੇ, ਇਹ ਸਾਰਿਆਂ ਨੂੰ ਅਸਥੂਲ ਕਿਹਾ ਜਾਂਦਾ ਜੀ। ਪਰ ਜਿਹੜਾ ਮਨ ਹੈ ਸਾਡਾ, ਮਨ ਅੱਖਾਂ ਦੇ ਨਾਲ ਨਜ਼ਰ ਆਉਣ ਵਾਲਾ ਨਹੀਂ ਹੈ। ਕਿਉਂਕਿ ਆਪਣਾ ਸਵਾਲ ਹੈ ਨਾ ਵੀ ਮਨ ਕੀ ਹੈ। ਬਿਲਕੁਲ, ਜੇ ਕੋਈ ਆਖੇ ਵੀ ਮੈਂ ਮਨ ਨੂੰ ਇੱਕ ਟੇਬਲ ਦੇ ਉੱਪਰ ਰੱਖ ਕੇ ਦਿਖਾ ਦਾਂ, ਮਨ ਟੇਬਲ ਦੇ ਉੱਤੇ ਰੱਖਣ ਵਾਲੀ ਚੀਜ਼ ਨਹੀਂ ਹੈ ਜੀ। ਦਰਖਤ ਦੇਖ ਸਕਦੇ ਹਾਂ, ਜਾਨਵਰ ਦੇਖ ਸਕਦੇ ਹਾਂ, ਈਵਨ ਕਿ ਸਾਡੇ ਸਰੀਰ ਦੇ ਵਿੱਚ ਜਿੰਨੇ ਵੀ ਅੰਗ ਨੇ ਜੀ, ਮੰਨ ਲਓ ਸਾਡਾ ਦਿਲ ਹੈ, ਫੇਫੜੇ ਨੇ, ਹੋਰ ਸਾਡੇ ਸਰੀਰ ਦੇ ਅੰਦਰ ਕਈ ਚੀਜ਼ਾਂ ਨੇ ਜਿਹੜੀਆਂ ਅਸੀਂ ਅੱਖਾਂ ਦੇ ਨਾਲ ਦੇਖ ਸਕਦੇ ਹਾਂ ਜੀ। ਪਰ ਕਈ ਚੀਜ਼ਾਂ ਸਾਡੇ ਅੰਦਰ ਇਹੋ ਜਿਹੀਆਂ ਨੇ ਜਿਨ੍ਹਾਂ ਨੂੰ ਸੂਖਮ ਕਿਹਾ ਜਾਂਦਾ, ਜਿਹੜੀਆਂ ਨਜ਼ਰ ਨਹੀਂ ਆਉਂਦੀਆਂ ਅੱਖਾਂ ਦੇ ਨਾਲ ਜੀ। ਜਾਂ ਕੋਈ ਵੀ ਜੇ ਕੋਈ ਲੈਬੋਰੇਟਰੀ ਦੇ ਵਿੱਚ ਜੇ ਆਪਾਂ ਚੈੱਕਅਪ ਵੀ ਕਰਾਈਏ, ਉਹ ਤਾਂ ਵੀ ਨਜ਼ਰ ਨਹੀਂ ਆਉਣਗੀਆਂ ਜੀ। ਫੇਫੜੇ ਨਜ਼ਰ ਆ ਜਾਣਗੇ, ਸਾਡੇ ਗੁਰਦੇ ਨਜ਼ਰ ਆ ਜਾਣਗੇ, ਪਰ ਮਨ ਨਹੀਂ ਆਉਂਦਾ। ਗੁਰਦੇ ਸਾਡੇ ਹੱਡ ਚੰਮ ਦੇ ਬਣੇ ਹੋਏ, ਮਾਸ ਦੇ ਬਣੇ ਹੋਏ ਨੇ, ਪਰ ਜਿਹੜਾ ਮਨ ਹੈ ਉਹ ਕਿਸੇ ਹੱਡ ਚੰਮ ਦਾ ਨਹੀਂ ਬਣਿਆ ਹੋਇਆ, ਕਿਸੇ ਮਾਸ ਦਾ ਨਹੀਂ ਬਣਿਆ ਹੋਇਆ। ਮਨ ਇੱਕ ਵਿਚਾਰ ਨੇ ਸਾਡੇ ਜੀ, ਮਨ ਸਾਡੇ ਜਿੰਨੇ ਵੀ ਵਿਚਾਰ ਨੇ, ਜੋ ਵੀ ਅਸੀਂ ਰੋਜ਼ਾਨਾ ਜੀਵਨ ਦੇ ਵਿੱਚ ਧਾਰਨ ਕਰਦੇ ਹਾਂ, ਸਾਡੇ ਵਿਚਾਰ ਵੱਖ ਵੱਖ ਤਰ੍ਹਾਂ ਦੇ, ਕਿਸੇ ਦੇ ਚੰਗੇ ਵਿਚਾਰ ਨੇ, ਕਿਸੇ ਦੇ ਮਾੜੇ ਵਿਚਾਰ ਨੇ ਜੀ, ਹਰੇਕ ਤਰ੍ਹਾਂ ਦੇ ਵੱਖ ਵੱਖ, ਦੁਨੀਆ ਦੇ ਅੰਦਰ ਬੜੇ ਤਰ੍ਹਾਂ ਦੇ ਲੋਕ ਨੇ, ਹਰੇਕ ਦੇ ਵੱਖ ਵੱਖ ਵਿਚਾਰ ਨੇ। ਕੋਈ ਧਾਰਮਿਕ ਹੈ, ਉਹਦੇ ਧਾਰਮਿਕ ਵਿਚਾਰ ਨੇ ਜੀ, ਜੇ ਕੋਈ ਰਾਜਨੀਤਿਕ ਹੈ ਉਹਦੇ ਰਾਜਨੀਤਿਕ ਵਿਚਾਰ ਨੇ, ਅਤੇ ਜੇ ਕੋਈ ਸਮਾਜਿਕ ਕੰਮ ਕਰਦਾ ਉਹਦੇ ਸਮਾਜਿਕ ਤੌਰ ਦੇ ਉੱਤੇ ਵਿਚਾਰ ਨੇ ਜੀ। ਬੜੇ ਦੁਨੀਆ 'ਤੇ ਬੜੇ ਤਰ੍ਹਾਂ ਦੇ ਲੋਕ ਨੇ, ਇਸ ਕਰਕੇ ਹਰੇਕ ਦੇ ਮਨ ਦੇ ਵਿੱਚ ਵੱਖ ਵੱਖ ਤਰ੍ਹਾਂ ਦੇ ਵਿਚਾਰ ਨੇ। ਉਹ ਵਿਚਾਰਾਂ ਦਾ ਜਿਹੜਾ ਸਮੂਹ ਹੈ ਨਾ, ਉਹਨੂੰ ਹੀ ਮਨ ਕਿਹਾ ਜਾਂਦਾ ਹੈ ਜੀ। ਅਤੇ ਮੈਂ ਕਈ ਵਾਰੀ ਇਹ ਵੀ ਬੇਨਤੀ ਕਰਦਾ ਹੁੰਦਾ ਵੀ ਜਿਹੜਾ ਮਨ ਹੈ ਨਾ ਸਾਡਾ, ਉਹ ਸਾਡੇ ਸਰੀਰ ਦੇ ਇੰਦਰੀਆਂ ਨੂੰ ਚਲਾਉਣ ਵਾਲਾ ਇੱਕ ਡਰਾਈਵਰ ਹੈ। ਬਿਲਕੁਲ, ਮਨ ਜਿਹੜਾ ਹੈ, ਜਿਵੇਂ ਇੱਕ ਆਮ ਗੱਡੀ ਅਸੀਂ ਦੇਖਦੇ ਹਾਂ, ਕੋਈ ਬੱਸ ਦੇਖ ਲਓ ਜਾਂ ਗੱਡੀ ਦੇਖ ਲਓ ਜੀ, ਹੁਣ ਉਸ ਬੱਸ ਨੂੰ ਚਲਾਉਣ ਵਾਲਾ ਮੇਨ ਇੱਕ ਜਿਹੜਾ ਡਰਾਈਵਰ ਹੈ ਜਿਹੜਾ ਚਲਾ ਰਿਹਾ ਹੈ ਬੱਸ ਨੂੰ ਜੀ, ਜੇ ਡਰਾਈਵਰ ਸਹੀ ਨਹੀਂ ਹੋਏਗਾ ਤੇ ਗੱਲ ਕਲੀਅਰ ਹੈ ਬਿਲਕੁਲ ਵੀ ਜਿਹੜੀ ਗੱਡੀ ਵੀ ਚੱਲ ਰਹੀ ਉਹ ਨਹੀਂ ਸਹੀ ਚੱਲੇਗੀ, ਬੱਸ ਵੀ ਸਹੀ ਨਹੀਂ ਚੱਲੇਗੀ ਜੀ। ਇਹਦਾ ਮਤਲਬ ਵੀ ਜਿਹੜਾ
मेन एक हिस्सा जिहड़ा साडे साडे शरीर दा जी, साडियां अखां नूं चलाउण वाला जी, साडे हत्थां नूं चलाउण वाला, साडे पैरां नूं चलाउण वाला मन है जी। असी खुद जे कहीए भी साडे विच इन्नी पाए असी नहीं चलाउण वाले, साडियां अखां जो भी कुछ देख रहीयां ने जी, इंदे पिछे जिहड़ा काम कर रहा वह साडा मन है बिल्कुल, जिहड़ा काम कर रहा। मेरियां अखां ने कहा भी मेरिया मेरे मन ने अखां नूं कहा भी अखो तुसीं आह कुछ तको जी, मेरियां अखां वह कुछ तकणगियां। जे मन ने कह दिता बुरा तकना अखां नाल ते मेरियां अखां वह कुछ तकणगियां। इहदा मतलब भी साडे शरीर दे ज्ञान इंद्रियां ते भी साडा मन काम कर रहा है जी। गुरबाणी दी जे आपां लै लईए पंक्ति तां इह नेत्रों मेरेओ, हां इह नेत्रों मेरेओ हर तुम में जोत, इहदा मतलब भी हर बिनवर न देखो, हर बिनवर न देखो जी, साडा मन काम कर रहा है। साडे पैरां दे उपर, साडे कन्नां दे उपर साडा मन काम कर रहा सारा कुछ। जे कन्नां ते असीं जे कन्नां दे राहीं मान लो भी कन्नां ने कह दिता भी आह कुछ सुन लो, साडा मन मन आवाज मारदा कन्नां नूं जी भी कन्नो तुसीं गाने सुन लो जी, साडा साडे कन्न उधर नूं हो जाणगे। मन ने पिछों आवाज मारी, मन चलाउण वाला है जी। ते जे मन ही सही ना होएगा, असीं देख सकदे आम धार्मिक दुनिया, जे मन नहीं सही है ते ओह बंदा धार्मिक नहीं अखवा सकदा बिल्कुल जी। जे मन सही नहीं है, इहदा मतलब भी सारा जिहड़ा धार्मिक दुनिया दे विच जदों असीं देखदे आं, जगत दे विच देखदे आं, मन नूं सुधारण दीयां गल्लां कीतीयां गईयां आम जी बिल्कुल। गुरबाणी विच वी वार वार मन नूं ही संबोधन कीता जांदा। हाँ जी हाँ, मन नूं संबोधन कर करके वार 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 असीं गुरबाणी दे विच वी पढ़दे आं आनंद साहिब दी बाणी दे विच, इह मन प्यारिया जी, मन नूं प्यारा कह के संबोधन कीता गया जी। इह मन प्यारिया तूं सदा सच संभाले जी, इह कुटुंब तूं जे देखदा। सतगुरु जी मन नूं आवाज मार के कहिंदे भी इह मन प्यारिया, भी मन तूं बड़ा प्यारा है पर तू भटक चुकया है, ये मन प्यारे आ तू सदा सच संभाले, सच नू सच दी संभाल कर तू जी। सच दी भाव चंगे गुणा दी, रब्बी गुणा दी, जेडे रब जी दे गुण ने, जेडी कुदरत दे विच निजम काम कर रहे, कुदरत दा कानून है उनू मनना, वो सच है असल दे विच। कोई ये नहीं भी दुनियावी सच दी गल गुरु साहब कर रहे, नहीं असल सच जेड़ा रब जी दी होंद दा सच, रब जी दी कुदरत नूं महसूस करन दा सच, ओ सच गुरु साहिब कर रहे बयान जी। ए मन प्यारिया तू सदा सच संभाले, एह कुटुंब तू जे देखदा जी, भी जिन्ना भी तू कुटुंब देखदा, कुटुंब दा भाव हुंदा परिवार। गुरु साहिब साडे आम जिहड़ा साडा घर दा परिवार है, भी साडे माता पिता ने, साडे भैण भरा ने, गुरु साहिब उहदी गल नहीं कर रहे, ये कुटुंब तू जे देखदा। आपां कई वारी इहदे अर्थ जिहड़े ने कर दित्ते जांदे भी परिवार की शायद गुरु साहब गल कर रहे, भी माता पिता की गल कर रहे, भी ये तेरे नाल नहीं जाना, वो तो सानू सब नू पता है भी ना साडी मां नाल जानी, ना साडा पिता जाना है, ना साडे साख संबंधी भैण भरा किसी ने भी नहीं नाल जाना जी। गुरु साहब वो परिवार की गल कर रहे जिहड़ा जिहड़ा मन ने परिवार साडे अंदर बना रखा है। वो परिवार केड़ा है? काम जी, क्रोध लोभ मोह हंकार, ये मन का परिवार है जी। काम क्रोध लोभ मोह हंकार पंजे दूत जिन्हां नूं आपां पढ़दे आ ना गुरबाणी दे विच, ये मन का परिवार है। मन इन्हां दे नाल रल मिल के जिहड़ा है हरकत दे विच आउंदा है। मन काम दे नाल मिल के, क्रोध दे नाल मिल के, हंकार दे नाल मिल के बंदे दी जिंदगी दे उपर हावी हो जांदा है। ये मन का परिवार है। सतगुरु जी मन नूं कह रहे ने भी मना आ परिवार नहीं तेरे नाल जाना, तू क्रोध दे विच जिंदगी बतीत कर रहे हैं, हंकार दे विच जिंदगी, ए तेरे नाल जान वाला नहीं है। भी जे तू आखे तू क्रोधी बड़ा है, तेरे विच बड़ा बल है, भी शायद तेरे नाल चल जाएगा, सतगुरु जी कहिंदे नहीं जाना। ए कुटुंब तू जे देखदा चलै ना ही तेरे नाले, साथ तेरा चलै ना ही तिस नाल क्यों चित लाइए, क्यों चित ला के बैठा मन ते चेती इहदे विच रखदा सारी दिहाड़ी जी, तिस नाल क्यों चित लाईए, ऐसा काम मूले ना कीचे जे तंत पछताईए। भी तू जिंदगी दे विच एहो जा काम कर ही ना भी तेनू अंत दे विच पछताउणा पै जाए। इस करके वार वार गुरबाणी दे विच मन नू सतगुरां ने संबोधन कीता है मन नू जी, भी जे मन सही लीह दे उत्ते आ गया जी, साडी जिंदगी दी जिहड़ी खेड है ना वो असल दे विच फिर बनेगी जी। जदों मन बिल्कुल सीधा हो गया डंडे वांगू जी बिल्कुल, आम करके ना असीं कह दिंदे आ भी जिहड़ी डंडौत करनी है ना जी जी, मत्था टेकना है, हां भी लम्मे पै के मत्था टेकिया जाए ते शायद असीं रब नूं प्रवान हो जांगे। गुरबाणी कहिंदी शरीर दी झुकण दी गल नहीं गुरबाणी ने किते कीती, भी साडा शरीर झुक जाए एक थां दे उत्ते ते शायद असीं रब नूं प्रवान,
ਸਤਿਗੁਰੂ ਜੀ ਕਹਿੰਦੇ ਮਨ ਨੂੰ ਚਕਾ ਆਪਦਾ, ਮਨ ਨੂੰ ਬਿਲਕੁਲ ਗੁਰੂ ਸਾਹਿਬ ਦੇ ਅੱਗੇ ਸਰੈਂਡਰ ਕਰਦੇ ਆਪਣਾ ਆਪ। ਜਿਵੇਂ ਕੋਈ ਵੀ ਫੌਜ ਅਸੀਂ ਦੇਖਦੇ ਹਾਂ ਨਾ, ਜਦੋਂ ਫੌਜ ਕੋਈ ਵੀ ਹਾਰ ਜਾਂਦੀ ਹੈ ਦੂਸਰੀ ਫੌਜ ਦੇ ਕੋਲੋਂ, ਤੇ ਉਹ ਆਪਣਾ ਆਪ ਸਰੈਂਡਰ ਕਰ ਦਿੰਦੀ ਦੂਸਰੀ ਫੌਜ ਨੂੰ ਜੀ। ਅਸੀਂ ਮਨ ਨੂੰ ਹਰਾ ਕੇ ਗੁਰੂ ਦੇ ਅੱਗੇ ਆਪਣਾ ਆਪ ਸਰੈਂਡਰ ਕਰਨਾ ਹੈ ਜੀ। ਵੀ ਗੁਰੂ ਸਾਹਿਬ ਜੀ ਸਾਡੇ ਵਿੱਚ ਹੁਣ ਕੋਈ ਵਾਹ ਨਹੀਂ ਰਹੀ ਹੈ ਜੀ, ਸਾਡਾ ਮਨ ਤੁਹਾਡੇ ਅੱਗੇ ਬਿਲਕੁਲ ਸਰੈਂਡਰ ਕਰ ਦਿੱਤਾ। ਜਿਵੇਂ ਡੰਡੋਤ ਬੰਧਨ ਅਨਿਕ ਵਾਰ ਸਰਬ ਕਲਾ ਸਮਰੱਥ, ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਜੀ। ਉੱਥੇ ਮਨ ਦੀ ਡੰਡੋਤ ਦੀ ਗੱਲ ਕੀਤੀ, ਹਾਂ ਮਨ ਦੇ ਡੰਡੋਤ ਦੀ, ਬਿਲਕੁਲ ਡੰਡੇ ਵਾਂਗੂ ਸਿੱਧਾ ਹੋ ਜੇ ਮਨ, ਇਹਦੇ ਵਿੱਚ ਕੋਈ ਵੀ ਵੰਗ ਵਲੇਵਾਂ ਨਾ ਰਹੇ, ਫਿਰ ਅਸਲ ਸਾਡਾ ਮਨ ਜਿਹੜਾ ਪ੍ਰਵਾਨ ਹੋਏਗਾ ਗੁਰੂ ਸਾਹਿਬ ਨੂੰ। ਮਨ ਨੂੰ ਸੁਧਾਰਨ ਦੀ ਗੱਲ ਗੁਰੂ ਸਾਹਿਬ ਜੀ ਕਰ ਰਹੇ ਨੇ ਜੀ। ਬਿਲਕੁਲ, ਅਸੀਂ ਦਰਸ਼ਕਾਂ ਨੂੰ ਦੱਸ ਦਈਏ ਕਿ ਆਪ ਜੀ ਪ੍ਰੋਗਰਾਮ ਗੁਰਮਤਿ ਵਿਚਾਰ ਲਾਈਵ ਦੇਖ ਰਹੇ ਹੋ ਚੜ੍ਹਦੀ ਕਲਾ ਗੁਰਬਾਣੀ ਟੀਵੀ 'ਤੇ। ਆਪ ਜੀ ਲਾਈਵ ਕਾਲਿੰਗ ਦੇ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ। ਸਾਡਾ ਨੰਬਰ 0175-5061-949 ਹੈ। ਸੋ ਆਪ ਜੀ ਲਾਈਵ ਕਾਲਿੰਗ ਕਰਕੇ ਮਨ ਦੇ ਨਾਲ ਸੰਬੰਧਿਤ ਜੇ ਆਪ ਜੀ ਦਾ ਕੋਈ ਸਵਾਲ ਹੋਵੇ ਤਾਂ ਸਾਡੇ ਆਏ ਹੋਏ ਵਿਦਵਾਨਾਂ ਨੂੰ ਕਰ ਸਕਦੇ ਹੋ ਜੀ। ਭਾਈ ਸਾਹਿਬ ਜੀ, ਜਿਵੇਂ ਅਸੀਂ ਗੱਲ ਕੀਤੀ ਕਿ ਗੁਰਬਾਣੀ ਵਿੱਚ ਵਾਰ ਵਾਰ ਮਨ ਨੂੰ ਸੰਬੋਧਨ ਕੀਤਾ ਗਿਆ, ਹੁਣ ਕਈ ਥਾਈਂ ਤਾਂ ਜਿਵੇਂ ਆਪ ਜੀ ਨੇ ਵੀ ਪੰਕਤੀ ਉਚਾਰੀ ਸੀ, ਕਈ ਥਾਈਂ ਤੇ ਕਿਹਾ ਗਿਆ ਸੁਣ ਮਨ ਮਿੱਤਰ ਪਿਆਰਿਆ, ਤੇ ਕੁਝ ਪੰਕਤੀਆਂ ਵਿੱਚ ਜਿਹੜੀ ਤਾੜਨਾ ਵੀ ਕੀਤੀ ਗਈ, ਮਨ ਖੁੱਟ ਹਰ ਤੇਰੇ ਨਹੀਂ ਵਿਸਾਸ। ਸੋ ਕਿਤੇ ਤਾਂ ਮਨ ਜਿਹੜਾ ਹੈ ਸਤਿਗੁਰੂ ਦਾ ਪਿਆਰਾ ਬਣ ਜਾਂਦਾ, ਤੇ ਕਿਤੇ ਮਨ ਨੂੰ ਸਤਿਗੁਰੂ ਜੀ ਤਾੜਨਾ ਕਰਦੇ ਨੇ, ਇਹਦੇ ਬਾਰੇ ਵੀ ਆਪ ਜੀ ਖੋਲ। ਬਿਲਕੁਲ ਜੀ, ਗੁਰਬਾਣੀ ਦੇ ਵਿੱਚ ਮਨ ਨੂੰ ਵੱਖ ਵੱਖ ਰੂਪਾਂ ਦੇ ਵਿੱਚ ਗੁਰੂ ਸਾਹਿਬ ਨੇ ਬਿਆਨ ਕੀਤਾ ਜੀ। ਕਿਤੇ ਤੇ ਜਿਵੇਂ ਆਪਾਂ ਨਾ ਇੱਕ ਬੱਚਾ ਆਮ ਦੇਖ ਲਈਏ ਨਾ, ਜੇ ਬੱਚੇ ਨੂੰ ਸਮਝਾਉਣਾ ਹੋਵੇ ਅਸੀਂ ਬੜੇ ਪਿਆਰ ਨਾਲ ਕਹਿੰਦੇ ਹਾਂ ਵੀ ਬੱਚਾ ਵੀ ਤੂੰ ਇੱਧਰ ਆ ਜਾ, ਬੜਾ ਪਿਆਰ ਹੈ ਤੂੰ, ਉਹਨੂੰ ਮਿੱਠੀਆਂ ਮਿੱਠੀਆਂ ਲੋਰੀਆਂ ਦੇ ਕੇ ਪਿਆਰ ਦੇ ਨਾਲ। ਅਤੇ ਗੁਰੂ ਸਾਹਿਬ ਨੇ ਕਈ ਵਾਰੀ ਮਿੱਠੀਆਂ ਮਿੱਠੀਆਂ ਲੋਰੀਆਂ ਦਿੱਤੀਆਂ ਸਾਨੂੰ, ਜਿਵੇਂ ਆਪਾਂ ਤੁਸੀਂ ਬਚਨ ਪੜ੍ਹਦੇ ਸੀ ਵੀ ਇਹ ਮਨ ਮਿੱਤਰ ਪਿਆਰਿਆ, ਹੈ ਨਾ, ਇਹ ਮਨ ਪਿਆਰਿਆ, ਜਿਵੇਂ ਅਸੀਂ ਪੜ੍ਹ ਕੇ ਹਟੇ ਹਾਂ ਪਹਿਲਾਂ, ਇਹ ਲੋਰੀਆਂ ਦੇ ਕੇ ਗੁਰੂ ਸਾਹਿਬ ਵੀ ਸ਼ਾਇਦ ਵੀ ਇਹ ਲੋਰੀਆਂ ਦੇ ਕੇ ਹੀ ਮੰਨ ਜਾਏ, ਜਿਵੇਂ ਬੱਚੇ ਨੂੰ ਅਸੀਂ ਸਮਝਾਉਂਦੇ ਹਾਂ ਵੀ ਸ਼ਾਇਦ ਸਿੱਧੇ ਪਾਸੇ ਲੱਗ ਜਾਏ। ਕਿਉਂਕਿ ਗੁਰਬਾਣੀ ਦੇ ਵਿੱਚ ਨਾ ਸਤਿਗੁਰੂ ਜੀ ਨੇ ਕਿਹਾ ਵੀ ਜਿਹੜਾ ਸਾਡਾ ਮਨ ਹੈ ਨਾ, ਉਹ ਇੱਕ ਬਾਲਕ ਵਰਗਾ ਹੈ, ਬੱਚੇ ਵਰਗਾ ਹੈ। ਸਤਿਗੁਰੂ ਜੀ ਕਹਿੰਦੇ ਕਾਇਆ ਨਗਰ ਇੱਕ ਬਾਲਕ ਵਸਿਆ, ਸਾਡਾ ਸਰੀਰ ਜਿਹੜਾ ਹੈ ਕਾਇਆ ਜਿਹੜੀ ਹੈ ਉਹ ਇੱਕ ਨਗਰ ਹੈ, ਪਿੰਡ ਹੈ। ਕਾਇਆ ਨਗਰ ਇੱਕ ਬਾਲਕ ਵਸਿਆ, ਇੱਕ ਬਾਲਕ ਵਸਿਆ ਹੋਇਆ, ਸਤਿਗੁਰੂ ਜੀ ਕਹਿੰਦੇ ਬੱਚਾ ਵਸਿਆ ਹੋਇਆ। ਕਾਇਆ ਨਗਰ ਇੱਕ ਬਾਲਕ ਵਸਿਆ, ਖਿਨ ਪਲ ਥਿਨ ਨਾ ਰਹਾਈ, ਵੀ ਇਹ ਇੱਕ ਖਿਨ ਵੀ ਟਿਕ ਕੇ ਨਹੀਂ ਬਹਿੰਦਾ ਮਨ ਜਿਹੜਾ, ਅੱਜ ਹੋਰ ਹੈ ਕੱਲ ਨੂੰ ਕਿਤੇ ਹੋਰ ਹੋਏਗਾ, ਕੱਲ ਦੀ ਗੱਲ ਤੇ ਬੜੀ ਦੂਰ। ਸਤਿਗੁਰੂ ਜੀ ਕਹਿੰਦੇ ਇੱਕ ਮਿੰਟ ਪਹਿਲਾਂ ਕਿੱਥੇ ਚੱਲ ਰਿਹਾ ਤੇ ਦੂਸਰੇ ਮਿੰਟ ਬਾਅਦ ਪਤਾ ਹੀ ਨਹੀਂ ਕਿੱਥੇ ਚਲਾ ਜਾਏ। ਜਿਵੇਂ ਇੱਕ ਬੱਚਾ, ਬੱਚੇ ਨੇ ਮੰਨ ਲਓ ਰੋਟੀ ਮੰਗ ਲਈ, ਰੋਟੀ ਮੰਗ ਕੇ ਉਹਦਾ ਕੋਈ ਪਤਾ ਨਹੀਂ, ਨਾਲ ਦੀ ਨਾਲ ਕਹਿ ਦੇ ਵੀ ਮੈਂ ਚਾਹ ਪੀਣੀ, ਚਾਹ ਪੀਣ ਤੋਂ ਬਾਅਦ ਕੋਈ ਪਤਾ ਨਹੀਂ ਕਹਿ ਦੇ ਵੀ ਮੈਨੂੰ ਦੁਕਾਨ 'ਤੇ ਲੈ ਕੇ ਜਾਓ ਜਾਂ ਕਿਤੇ ਲੈ ਕੇ ਜਾਓ। ਉਹ ਤਾਂ ਬੱਚਾ ਹੈ ਨਾ, ਕਿਉਂਕਿ ਉਹਨੂੰ ਨਹੀਂ ਪਤਾ ਹੈ ਖਾਣ ਪੀਣ ਬਾਰੇ, ਕੋਈ ਪਤਾ ਨਹੀਂ, ਸਾਡੇ ਵੇਖਦਿਆਂ ਕਿਤੇ ਰਿੜ ਕੇ ਕਿਤੇ ਸੜਕ ਦੇ ਉੱਪਰ ਚਲਾ ਜਾਏ ਬਾਹਰ ਕਿਤੇ, ਹੈ ਨਾ, ਉਹ ਬੱਚਾ ਖਿਨ ਪਲ ਟਿਕ ਕੇ ਨਹੀਂ ਬੈਠਦਾ, ਬੱਚਾ ਕਦੀ ਕਿੱਧਰ ਜਾਏਗਾ ਕਦੀ ਕਿੱਧਰ ਜਾਏਗਾ, ਕਿਉਂਕਿ ਬੱਚਾ ਹੈ ਉਹ। ਸਤਿਗੁਰੂ ਜੀ ਇਸੇ ਤਰ੍ਹਾਂ ਹੀ ਕਹਿੰਦੇ ਮਨ ਜਿਹੜਾ ਨਾ ਸਾਡਾ ਇੱਕ ਬੱਚੇ ਦੀ ਨਹੀਂ ਹੈ, ਬੱਚੇ ਵਰਗਾ ਹੈ, ਵੀ ਇਹ ਟਿਕ ਕੇ ਨਹੀਂ ਬੈਠਦਾ ਇੱਕ ਥਾਂ ਦੇ ਉੱਤੇ, ਅਤੇ ਅਸਲ ਦੇ ਵਿੱਚ ਇਹਨੂੰ ਟਿਕਾਉਣਾ ਹੀ ਸਾਰੀ ਖੇਡ ਹੈ। ਜਿੱਦਣ ਇਹ ਟਿਕ ਗਿਆ ਸਾਡੇ ਜੀਵਨ ਦੀ ਜਿਹੜੀ ਖੇਡ ਬਦਲ ਜਾਣੀ ਹੈ। ਸਤਿਗੁਰੂ ਜੀ ਤਾਂ ਹੀ ਤਾਂ ਵਾਰ ਵਾਰ ਬਾਣੀ ਦੇ ਵਿੱਚ ਬਚਨ ਕਰਦੇ ਵੀ ਮਨ ਰੇ ਥਿਰ ਰਹੋ, ਥਿਰ ਦਾ ਭਾਵ ਹੁੰਦਾ ਟਿਕਿਆ ਰਹੋ, ਵੀ ਇੱਕ ਥਾਂ ਦੇ ਉੱਤੇ ਟਿਕ ਜਾ, ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ, ਮਤਾਂ ਕਿਤੇ ਤੂੰ ਵੀ ਗੁਰੂ ਦਾ ਦਰ ਛੱਡ ਕੇ ਕਿਤੇ ਹੋਰ ਚਲਾ ਜਾਈ, ਇੱਕ ਥਾਂ ਦੇ ਉੱਤੇ ਟਿਕਾਉਣ ਵਾਸਤੇ ਸਤਿਗੁਰੂ ਜੀ ਕਹਿੰਦੇ। ਟਿਕਿਆ ਹੋਇਆ ਮਨ ਹੀ ਰੱਬ ਜੀ ਦੇ ਨਾਲ ਮਿਲਾਪ ਹਾਸਲ ਕਰ ਸਕਦਾ, ਟਿਕਿਆ ਹੋਇਆ ਮਨ। ਜਿਹਦਾ ਮਨ ਨਹੀਂ ਨਾ ਟਿਕਿਆ ਉਹ ਬੰਦਾ ਧਰਮੀ ਨਹੀਂ ਹੋ ਸਕਦਾ। ਮਨ ਨੂੰ ਟਿਕਾਉਣਾ ਇੱਕ ਥਾਂ ਦੇ ਉੱਤੇ ਬੜਾ ਜ਼ਰੂਰੀ ਹੈ। ਅਸੀਂ ਇੱਕ ਦੁਨਿਆਵੀ ਜੀ ਉਦਾਹਰਨ ਲੈ ਲਈਏ ਜੀ। ਦੁਨਿਆਵੀ ਤੌਰ ਦੇ ਉੱਤੇ ਅਸੀਂ ਦੇਖਦੇ ਹਾਂ ਵੀ ਜਿਹੜੀ ਵੀ ਚੀਜ਼ ਇੱਕ ਥਾਂ ਦੇ ਉੱਤੇ ਟਿਕੀ ਹੈ ਉਸ ਚੀਜ਼ ਦਾ ਮੁੱਲ ਹੈ ਇੱਕ ਥਾਂ ਦੇ ਉੱਤੇ ਜਿਹੜੀ ਵੀ ਚੀਜ਼ ਟਿਕੀ ਹੈ ਜੀ। ਉਦਾਹਰਨ ਦੇ ਤੌਰ ਦੇ ਉੱਤੇ ਆਪਾਂ ਇੱਕ ਦਰਖਤ ਨੂੰ ਲੈ ਲਈਏ। ਦਰਖਤ ਜਿਹੜਾ ਧਰਤੀ ਦੇ ਉੱਤੇ ਟਿਕਿਆ ਹੋਇਆ ਹੈ, ਧਰਤੀ ਦੇ ਉੱਤੇ, ਹੁਣ ਉਹ ਦਰਖਤ ਧਰਤੀ ਦੇ ਉੱਤੇ ਟਿਕਿਆ, ਲੋਕ ਆਉਂਦੇ ਆਣ ਕੇ ਉਸੇ ਦਰਖਤ ਦੀਆਂ ਛਾਵਾਂ ਮਾਣਦੇ ਨੇ, ਉਹਦੇ ਥੱਲੇ ਆਣ ਕੇ ਬੈਠਦੇ ਨੇ ਵੀ ਵਾਹ ਕਿੱਡੀ ਵਧੀਆ ਹਵਾ ਚੱਲ ਰਹੀ, ਦਰਖਤ ਕਿੱਡਾ ਸੋਹਣਾ, ਉਹਦੇ ਪੱਤੇ ਦੇਖਦੇ ਵੀ ਇਹਦੇ ਪੱਤੇ ਕਿੱਡੇ ਵਧੀਆ, ਟਾਹਣ ਕਿੱਡਾ ਵਧੀਆ, ਇਹਦਾ ਮੋਸ਼ਾ ਕਿੱਡਾ ਵਧੀਆ ਹੈ, ਲੋਕ ਆ ਕੇ ਥੱਲੇ ਬੈਠਦੇ। ਅਤੇ ਕਈ ਕਵੀਆਂ ਨੇ ਕਵਿਤਾਵਾਂ ਵੀ ਲਿਖ ਛੱਡੀਆਂ ਦਰਖਤਾਂ ਦੇ ਉੱਤੇ ਅਸੀਂ ਦੇਖਦੇ ਹਾਂ।
ਵੀ ਇਹ ਰੁੱਖ ਮੈਨੂੰ ਕੋਈ ਮੇਰੀ ਮਾਂ ਵਰਗਾ ਜਾਪਦਾ ਹੈ, ਮੇਰੇ ਪਿਤਾ ਵਰਗਾ ਜਾਪਦਾ, ਹੈ ਨਾ। ਵੀ ਉਹਨਾਂ ਨੇ ਵੱਖ ਵੱਖ ਤਰ੍ਹਾਂ ਦੀਆਂ ਕਵਿਤਾਵਾਂ ਲਿਖ ਦਿੱਤੀਆਂ, ਕਿਉਂ? ਕਿਉਂਕਿ ਉਹ ਟਿਕੇ ਹੋਏ ਨੇ, ਟਿਕਿਆ ਚੀਜ਼ ਸੋਹਣੀ ਲੱਗਦੀ ਹੈ ਰੱਬ ਦੇ ਨਿਯਮ ਦੇ ਵਿੱਚ, ਜਿਹੜੀ ਚੀਜ਼ ਟਿਕੀ ਹੋਏ। ਤੇ ਜਿੱਦਣ ਉਹੀ ਦਰਖਤ ਆਪਦੇ ਧੁਰੇ ਦੇ ਨਾਲੋਂ ਹਿੱਲ ਜਾਂਦਾ, ਥਿਰ ਨਹੀਂ ਰਹਿੰਦਾ ਇੱਕ ਥਾਂ ਦੇ ਉੱਤੇ, ਹਿੱਲ ਜਾਂਦਾ ਉਹਦੇ ਨਾਲੋਂ, ਫਿਰ ਤੁਸੀਂ ਦੇਖੋ ਉਹ ਦਰਖਤ ਦੀ ਹਾਲਤ ਕੀ ਹੁੰਦੀ ਹੈ। ਉਹ ਦਰਖਤ ਸੁੱਕ ਜਾਂਦਾ, ਸੜ ਜਾਂਦਾ, ਉਹਦੇ ਪੱਤੇ ਵੀ ਸੁੱਕ ਜਾਂਦੇ, ਧਰਤੀ ਦੇ ਉੱਤੇ ਡਿੱਗ ਪੈਂਦੇ ਨੇ ਪੱਤੇ ਵੀ, ਕਿਉਂ? ਕਿਉਂਕਿ ਉਹ ਥਿਰ ਨਹੀਂ ਰਿਹਾ। ਜਦੋਂ ਥਿਰ ਸੀ ਉਦੋਂ ਸੋਹਣਾ ਲੱਗਦਾ ਸੀ ਬਾਗ ਦੇ ਵਿੱਚ, ਪਰ ਜਦੋਂ ਥਿਰ ਨਾ ਰਿਹਾ ਉਹੀ ਦਰਖਤ, ਫਿਰ ਜਦੋਂ ਹਿੱਲ ਗਿਆ ਧਰਤੀ ਦੇ ਨਾਲੋਂ, ਸੁੱਕ ਗਿਆ, ਸੜ ਗਿਆ, ਅੱਜ ਕੋਈ ਕਵੀ ਨਹੀਂ ਉਹਦੇ ਕੋਲ ਆਉਂਦਾ। ਜਦੋਂ ਸੁੱਕ ਜਾਏ, ਅਸੀਂ ਦੇਖ ਲੈਂਦੇ ਆਮ ਸੁੱਕਾ ਦਰਖਤ ਕਿੰਨਾ ਕਿਤੇ ਸੋਹਣਾ ਲੱਗਦਾ, ਉਹਦੇ ਪੱਤੇ ਵੀ ਸੁੱਕ ਜਾਂਦੇ, ਸੜ ਜਾਂਦੇ ਨੇ, ਫਿਰ ਲੋਕ ਕੀ ਕਰਦੇ, ਲਿਆ ਕੇ ਕਬਾੜੀਆਂ ਉਹਨੂੰ ਵੱਢ ਕੇ ਟੁੱਕ ਕੇ ਉਹਦੇ ਟੋਟੇ ਟੋਟੇ ਕਰਕੇ ਪੱਠੀਆਂ ਦੇ ਵਿੱਚ ਝੋਕ ਦਿੰਦੇ ਨੇ, ਕਿਉਂ? ਕਿਉਂਕਿ ਉਹ ਸੜ ਗਿਆ। ਇਸੇ ਤਰ੍ਹਾਂ ਹੀ ਸਾਡਾ ਮਨ ਹੈ, ਮਨ ਜਿੱਦਣ ਸਾਡਾ ਥਿਰ ਰਹੇਗਾ ਇੱਕ ਥਾਂ ਦੇ ਉੱਤੇ, ਟਿਕਿਆ ਰਹੇਗਾ ਗੁਰੂ ਦੀ ਵਿਚਾਰ ਦੇ ਵਿੱਚ, ਗੁਰਬਾਣੀ ਦੀ ਵਿਚਾਰ ਦੇ ਵਿੱਚ, ਫਿਰ ਸਤਿਗੁਰੂ ਜੀ ਕਹਿੰਦੇ ਇਹਦਾ ਮੁੱਲ ਪੈ ਜਾਏਗਾ। ਪਰ ਜਿੱਦਣ ਹਿੱਲ ਗਿਆ ਇਹ ਆਪਦੇ ਧੁਰੇ ਦੇ ਨਾਲੋਂ, ਆਪਦੇ ਧੁਰੇ ਦੇ ਨਾਲੋਂ ਹਿੱਲ ਗਿਆ, ਇਹਦਾ ਧਰਮ ਦੀ ਦੁਨੀਆਂ ਦੇ ਵਿੱਚ ਇਹ ਵੀ ਸੁੱਕ ਜਾਏਗਾ, ਸੜ ਜਾਏਗਾ, ਇਹਦੀ ਆਤਮਾ ਸੜ ਜਾਏਗੀ। ਸਤਿਗੁਰ ਜੀ ਤਾਂ ਹੀ ਬਾਣੀ ਦੇ ਮਨ ਰੇ ਥਿਰ ਰਹੋ, ਮਤਕਤ ਜਾਹੀ ਜੀਓ, ਬਾਹਰ ਢੂੰਡਤ ਬਹੁਤ ਦੁੱਖ ਪਾਵੇਂ। ਜੇ ਰੱਬ ਨੂੰ ਆਪਦੇ ਹਿਰਦੇ ਚੋਂ ਬਾਹਰ ਲੱਭਣ ਦਾ ਯਤਨ ਕਰੇਗਾ, ਬੜਾ ਦੁੱਖ ਪਾਏਗਾ। ਬਿਲਕੁਲ, ਬਾਹਰ ਢੂੰਡਤ ਬਹੁਤ ਦੁੱਖ ਪਾਵੇਂ, ਘਰ ਅੰਮ੍ਰਿਤ ਘੱਟ ਮਾਹੀ। ਤੇਰੇ ਅੰਦਰ ਹੀ ਸਾਰਾ ਕੁਝ ਹੈ ਜੀ, ਰੱਬ ਜੀ ਤੇਰੇ ਅੰਦਰ ਨੇ, ਤੈਨੂੰ ਬਾਹਰ ਲੱਭਣ ਦਾ ਤੂੰ ਯਤਨ ਕਿਉਂ ਕਰ ਰਿਹਾ ਹੈ? ਸਤਿਗੁਰੂ ਜੀ ਇਸੇ ਕਰਕੇ ਕਹਿੰਦੇ ਵੀ ਮਨ ਜਿਹੜਾ ਨਾ ਇਹ ਇੱਕ ਬਾਲਕ ਵਰਗਾ, ਬੱਚੇ ਵਰਗਾ, ਇਹ ਲੋਰੀਆਂ ਦਿੱਤੀਆਂ ਗੁਰੂ ਸਾਹਿਬ ਨੇ, ਤੇ ਕੱਲੀਆਂ ਲੋਰੀਆਂ ਹੀ ਨਹੀਂ ਦਿੱਤੀਆਂ, ਕਈ ਵਾਰੀ ਡੰਡਾ ਵੀ ਵਰਤਿਆ, ਅਸੀਂ ਦੇਖ ਸਕਦੇ ਹਾਂ ਗੁਰਬਾਣੀ ਦੇ ਵਿੱਚ, ਡੰਡਾ ਵਰਤ ਕੇ ਵੀ ਜਦੋਂ ਬੰਦਾ ਜ਼ਿਆਦਾ ਵਿਗੜ ਜਾਏ ਫਿਰ ਉਹਦੇ ਵਾਸਤੇ ਡੰਡਾ ਵੀ ਵਰਤਿਆ। ਸਤਿਗੁਰੂ ਜੀ ਬਚਨ ਕਰਦੇ ਵੀ ਮਨ ਖੁਟਹਰ ਤੇਰਾ ਨਹੀਂ ਵਿਸ਼ਵਾਸ, ਤੂੰ ਮਹਾਂ ਉਦਮਾਤਾ, ਕਹਿੰਦੇ ਬੜਾ ਮਸਤਿਆ ਹੋਇਆ ਭਾਈ ਤੂੰ, ਮਨ ਨੂੰ ਕਹਿੰਦੇ ਤੂੰ ਮਹਾਂ ਉਦਮਾਤਾ, ਖਰਕਾ ਪੈਂਖਰ ਤੋ ਛੁੱਟੈ ਜੋ ਉੱਪਰ ਲਾਦਾ। ਸਤਿਗੁਰੂ ਜੀ ਕਹਿੰਦੇ ਤੂੰ ਖੁੱਟ ਹੈ ਹੇ ਮਨਾ, ਮਨ ਖੁਟਹਰ, ਖੁਟਹਰ ਦਾ ਭਾਵ ਹੁੰਦਾ ਖੋਟਾ, ਮਨ ਖੁਟਹਰ ਤੇਰਾ ਨਹੀਂ ਵਿਸ਼ਵਾਸ, ਤੂੰ ਮਹਾਂ ਉਦਮਾਤਾ, ਉਦਮਾਤਾ ਦਾ ਭਾਵ ਹੁੰਦਾ ਮਸਤਿਆ ਹੋਇਆ, ਤੂੰ ਮਸਤਿਆ ਹੋਇਆ, ਜਿਵੇਂ ਹਾਥੀ ਮਸਤ ਜਾਂਦਾ। ਬਿਲਕੁਲ, ਹਨਾ, ਉਹ ਨਹਾ ਕੇ ਉਹਨੂੰ ਜਦੋਂ ਹਾਥੀ ਨੂੰ ਆਪਾਂ ਕੱਢਦੇ ਹਾਂ ਕਿਤੇ ਪਾਣੀ ਦੇ ਵਿੱਚੋਂ, ਤੇ ਉਹ ਜਦੋਂ ਆਣ ਕੇ ਸੁੰਡ ਦੇ ਵਿੱਚ ਆ ਕੇ ਫਿਰ ਆਪਦੇ ਉੱਪਰ ਕਹਿੰਦੇ ਪਾਣੀ ਸਿੱਟ ਲੈਂਦਾ, ਫਿਰ ਲੇਟਦਾ ਹੈ। ਜਿਵੇਂ ਖੋਤਾ ਵੀ ਅਸੀਂ ਦੇਖਦੇ ਹਾਂ, ਖੋਤਾ ਵੀ ਬੜੀਆਂ ਟਪੂਸੀਆਂ ਮਾਰਦਾ ਹੈ। ਖਰਕਾ ਪੈਂਖਰ ਤੋਂ ਛੁੱਟੇ, ਉਹਦੇ ਖੋਤੇ ਦੇ ਨਾ ਪੈਰ ਨੂੰ ਇੱਕ ਪੈਂਖਰ ਲਾਇਆ ਹੁੰਦਾ, ਬੰਨ ਕੇ ਰੱਖਿਆ ਹੁੰਦਾ, ਉਹਦੀ ਪਿਛਲੀ ਲੱਤ ਹੁੰਦੀ ਹੈ ਜਿਹੜੀ, ਵੀ ਉਹਦੀ ਲੱਤ ਬੰਨ ਕੇ ਰੱਖੀ ਦੀ, ਵੀ ਤਾਂ ਕਿ ਕੋਈ ਜਦੋਂ ਇਹ ਕਿਸੇ ਦੇ ਕੋਈ ਇਹਦੇ ਕੋਲੋਂ ਲੰਘੇ ਇਹ ਲੱਤ ਨਾ ਮਾਰੇ ਕਿਤੇ, ਉਹਦੀ ਲੱਤ ਬੰਨ ਕੇ ਰੱਖੀ ਜਾਂਦੀ ਹੈ। ਤੇ ਇਸੇ ਤਰ੍ਹਾਂ ਹੀ ਸਤਿਗੁਰੂ ਜੀ ਕਹਿੰਦੇ ਜਿਹੜਾ ਮਨ ਹੈ ਨਾ, ਮਨ ਉਦੋਂ ਤੇਰਾ ਬੰਨਿਆ ਜਾਏਗਾ ਜਦੋਂ ਇਹਦੇ ਉੱਤੇ ਗਿਆਨ ਦਾ ਭਾਰ ਲੱਭੇਗਾ। ਖਰਕਾ ਪੈਂਖਰ ਤੋ ਛੁੱਟਿਆ ਜੋ ਉੱਪਰ ਲਾਦਾ, ਜਿਵੇਂ ਖੋਤੇ ਦਾ ਪੈਂਖਰ ਉਦੋਂ ਛੁੱਟਿਆ ਜਾਂਦਾ ਹੈ ਜਦੋਂ ਉਹਦੇ ਉੱਤੇ ਸਮਾਨ ਲੱਭਿਆ ਜਾਂਦਾ। ਬਿਲਕੁਲ, ਤੇ ਸਾਡਾ ਮਨ ਜਿਹੜਾ ਇਹਦੇ ਉੱਤੇ ਜਦੋਂ ਗਿਆਨ ਦਾ ਭਾਰ ਪਾਵਾਂਗੇ, ਅਸੀਂ ਗੁਰੂ ਦੇ ਗਿਆਨ ਦਾ, ਚੰਗੇ ਗੁਣਾਂ ਦੀ ਵਿਚਾਰ ਇਹਦੇ ਉੱਪਰ ਭਾਰ ਪਾਵਾਂਗੇ, ਲੱਦਾਂਗੇ ਇਹਦੇ ਉੱਪਰ, ਫਿਰ ਕਹਿੰਦੇ ਇਹ ਆਪਦੇ ਜਿਹੜੇ ਮੂਲ ਦੇ ਨਾਲ ਇਹ ਜੁੜੇਗਾ। ਸਤਿਗੁਰੂ ਜੀ ਨੇ ਖੋਤਾ ਵੀ ਕਹਿ ਦਿੱਤਾ ਮਨ ਨੂੰ, ਤੇ ਕਈ ਥਾਵੇਂ ਸਤਿਗੁਰੂ ਜੀ ਨੇ ਮਸਤਿਆ ਹੋਇਆ ਇਹਨੂੰ ਜਿਹੜਾ ਹੈ ਸਾਣ ਵੀ ਕਿਹਾ ਹੈ, ਹਨਾ। ਅਸੀਂ ਭਗਤ ਕਬੀਰ ਸਾਹਿਬ ਜੀ ਦਾ ਜਦੋਂ ਬਚਨ ਪੜ੍ਹਦੇ ਹਾਂ, ਭਗਤ ਕਬੀਰ ਸਾਹਿਬ ਜੀ ਕਹਿੰਦੇ ਮੈਂ ਦੁਨੀਆਂ ਦੇ ਵਿੱਚ ਨਾ ਇੱਕ ਅਚਰਜੀ ਖੇਡ ਵੇਖ ਲਈ। ਕਿਸੇ ਨੇ ਪੁੱਛਿਆ ਵੀ ਕਿਹੜੀ ਖੇਡ ਵੇਖੀਏ, ਬਾਬਾ ਕਬੀਰ ਸਾਹਿਬ ਜੀ ਬਚਨ ਕਰਦੇ ਕਹਿੰਦੇ ਐਸੋ ਅਚਰਜ ਦੇਖਿਓ ਕਬੀਰ, ਦੱਦ ਕੈ ਭੋਲੈ ਬਰੋਲੈ ਨੀਰ। ਵੀ ਦੁਨੀਆਂ ਦੇ ਲੋਕ ਦੁੱਧ ਦੇ ਭੁਲੇਖੇ ਦਹੀਂ ਜਿਹੜਾ ਹੈ ਪਾਣੀ ਰਿੜਕੀ ਜਾ ਰਹੇ ਨੇ, ਦੱਦ ਕੈ ਭੋਲੈ ਬਰੋਲੈ ਨੀਰ, ਹਰੀ ਅੰਗੂਰੀ ਗਧਾ ਚਰੈ, ਗਧਾ ਕਹਿ ਦਿੱਤਾ ਮਨ ਨੂੰ ਵੀ ਸਾਡਾ ਜਿਹੜਾ ਮਨ ਹੈ ਨਾ ਉਹ ਹਰੀ ਅੰਗੂਰੀ ਚਰਦਾ ਰਹਿੰਦਾ ਸਾਰੀ ਦਿਹਾੜੀ, ਗਧਾ ਬਣ ਕੇ। ਹਰੀ ਅੰਗੂਰੀ ਦਾ ਭਾਵ ਜਿਹੜੇ ਮਾਇਆ ਦੇ ਪਦਾਰਥ ਚੱਖਦਾ ਸਾਰੀ ਦਿਹਾੜੀ। ਹਰੀ ਅੰਗੂਰੀ ਗਧਾ ਚਰੈ, ਨਿੱਤ ਉੱਠ ਹੱਸੈ, ਨਿੱਤ ਉੱਠ ਕੇ ਹੱਸਦਾ ਦੁਨੀਆਂ ਦੇ ਵਿਕਾਰਾਂ ਦੇ ਵਿੱਚ, ਪਦਾਰਥਾਂ ਦੇ ਵਿੱਚ, ਨਿੱਤ ਉੱਠ ਹੱਸੈ ਹੀਂਗੈ ਮਰੈ, ਹੀਂਗਦਾ। ਕਹਿੰਦੇ ਜਿਵੇਂ ਇੱਕ ਖੋਤਾ ਹੀਂਗਦਾ ਉਵੇਂ ਸਾਡਾ ਮਨ ਵੀ ਹੀਂਗਦਾ। ਨਿੱਤ ਉੱਠ ਹੱਸੈ ਹੀਂਗੈ ਹੀਂਗੈ ਮਰੈ, ਮਾਤਾ ਪੈਸਾ, ਮਾਤਾ ਦਾ ਭਾਵ ਹੁੰਦਾ ਮਸਤਿਆ ਹੋਇਆ, ਪੈਸਾ ਦਾ ਭਾਵ ਹੈ ਸਾਣ। ਮਾਤਾ ਪੈਸਾ ਅਮੂਹਾਂ ਜਾਏ, ਅਮੂਹਾਂ ਦਾ ਭਾਵ ਹੈ ਵੀ ਜਿਹਦਾ ਕੋਈ ਮੂੰਹ ਨਹੀਂ ਹੈ,
ਕੋਈ ਪਤਾ ਨਹੀਂ ਕਿਹੜੇ ਪਾਸੇ ਚਲਾ ਜਾਏ, ਜਿਵੇਂ ਮਸਤੇ ਹੋਏ ਸਾਣ ਦਾ ਕੋਈ ਮੂੰਹ ਨਹੀਂ ਹੈ ਕਿੱਧਰ ਨੂੰ ਚਲਾ ਜਾਏ, ਇਸੇ ਤਰ੍ਹਾਂ ਹੀ ਮਸਤੇ ਹੋਏ ਸਾਣ ਦਾ ਕੋਈ ਪਤਾ ਨਹੀਂ, ਮਸਤੇ ਹੋਏ ਮਨ ਦਾ ਕੋਈ ਪਤਾ ਨਹੀਂ ਕੀ ਮੰਗ ਲਏ। ਮਾਤਾ ਪੈਸਾ ਅਮੂਹਾਂ ਜਾਏ ਕੁਦ ਕੁਦ ਚਰੈ ਰਸਾਤ ਲਪਾਏ, ਕੁਦ ਕੁਦ ਕੇ ਚਰਦਾ ਫਿਰ ਜਿਵੇਂ ਮਸਤਿਆ ਹੋਇਆ ਸਾਣ, ਤੇ ਸਾਡਾ ਮਨ ਵੀ ਕੁਦ ਕੁਦ ਕੇ ਚਰਦਾ, ਕੋਈ ਪਤਾ ਨਹੀਂ ਵਿਕਾਰ ਕੋਈ ਇਹਦੇ ਜਿਹੜਾ ਮਰਜ਼ੀ ਇਹਦੇ ਅੱਗੇ ਆ ਜੇ, ਕਾਮ ਨਹੀਂ ਦੇਖਦਾ, ਕ੍ਰੋਧ ਨਹੀਂ ਦੇਖਦਾ। ਅਸੀਂ ਦੇਖਦੇ ਹਾਂ ਨਾ ਜਿਹੜੇ ਬੰਦੇ ਵਿਕਾਰਾਂ ਦੇ ਵਿੱਚ ਕਿੰਨੇ ਫਸੇ ਹੋਏ ਨੇ। ਬਿਲਕੁਲ ਜੀ, ਫਿਰ ਜਿਵੇਂ ਮੈਂ ਉਹਨੂੰ ਭੈਂਸੇ ਨੂੰ ਮਾਰ ਪੈਂਦੀ ਹੈ ਫਿਰ ਉਹਵੇਂ ਮਨ ਨੂੰ ਪੈਂਦੀ ਹੈ, ਉਹਵੇਂ ਮਨ ਨੂੰ ਪੈਂਦੀ ਹੈ, ਗੁਰਬਾਣੀ ਦੇ ਕਾਰਨ ਫਿਰ ਤਨ ਨੂੰ ਵੀ ਪੈ ਜਾਂਦੀ ਹੈ। ਹਾਂਜੀ ਹਾਂ ਜੀ, ਫੋਨ ਇੱਕ ਦਰਸ਼ਕ ਸਾਡੇ ਨਾਲ ਜੁੜੇ ਨੇ, ਫੋਨ ਕਾਲ ਲੈ ਲੈਣੇ ਭਾਈ ਸਾਹਿਬ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਫਰੀਦਕੋਟ ਤੋਂ ਰਵਿੰਦਰ ਬੋਲਦਾ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮਨ ਗਲਤ ਕੰਮਾਂ ਵਾਲੇ ਪਾਸੇ ਬਹੁਤ ਭਟਕਦਾ, ਇਹਨੂੰ ਸਥਿਰ ਕਿੱਦਾਂ ਕੀਤਾ ਜਾਵੇ? ਕਿਹੜੇ ਪਾਸੇ ਭਟਕਦਾ ਜੀ? ਗਲਤ ਕੰਮਾਂ ਵਾਲੇ ਪਾਸੇ, ਮਤਲਬ ਗਲਤ ਵਿਚਾਰ ਆਉਂਦੇ ਆ ਮਨ ਵਿੱਚ। ਅਸਲ ਦੇ ਵਿੱਚ ਨਾ ਜਦੋਂ ਅਸੀਂ ਜਿਹੜੇ ਪਿਆਰੇ ਰੱਬੀ ਬਾਣੀ ਨੂੰ ਪੜ੍ਹਦੇ ਨੇ, ਰੱਬੀ ਬਾਣੀ ਨੂੰ ਸਰਵਣ ਕਰਦੇ ਨੇ, ਉਹਨਾਂ ਨੂੰ ਪਤਾ ਹੈ ਵੀ ਜਿਹੜਾ ਮਨ ਹੈ ਅਸੀਂ ਕਿਵੇਂ ਕੰਟਰੋਲ ਦੇ ਵਿੱਚ ਕਰਨਾ ਹੈ, ਇਹਨੂੰ ਕਿਵੇਂ ਆਪਦੇ ਵਸ ਦੇ ਵਿੱਚ ਕਰਨਾ ਹੈ। ਜਦੋਂ ਅਸੀਂ ਚੰਗੇ ਗੁਣ ਆਪਦੇ, ਹੁਣ ਮੈਂ ਬੇਨਤੀ ਕਰਕੇ ਹਟਿਆ ਵੀ ਖਰਕਾ ਪੈਂਕਰ ਤੋ ਛੁੱਟਿਆ ਜੋ ਉੱਪਰ ਲੱਦਾ, ਜਦੋਂ ਇਹਦੇ ਉੱਤੇ ਲੱਦਿਆ ਜਾਏਗਾ ਭਾਰ ਮਨ ਦੇ ਉੱਪਰ, ਅੱਜ ਜਿਹੜਾ ਮਨ ਸਾਡਾ ਨਾ ਅਸੀਂ ਇਹਨੂੰ ਖੁੱਲ੍ਹਾ ਛੱਡ ਰੱਖਿਆ, ਕੋਈ ਇਹਨੂੰ ਟੈਨਸ਼ਨ ਨਹੀਂ ਦਿੱਤੀ ਹੋਈ ਮਨ ਨੂੰ, ਸਾਡੇ ਵਿਚਾਰ ਜਿਹੜੇ ਨੇ, ਜਦੋਂ ਇਹਨੂੰ ਟੈਨਸ਼ਨ ਦੇਵਾਂਗੇ, ਇਹਦੇ ਉੱਤੇ ਗਿਆਨ ਦਾ ਭਾਰ ਪਾਵਾਂਗੇ, ਰੱਬੀ ਬਾਣੀ ਨੂੰ ਪੜਾਂਗੇ ਵੀ ਤੂੰ ਕੀ ਸਹੀ ਕਰ ਰਿਹਾ ਕੀ ਗਲਤ ਕਰ ਰਿਹਾ, ਥੋੜਾ ਜਿਹਾ ਆਪਣੇ ਭਾਰ ਪਵੇ, ਥੋੜਾ ਭਾਰ ਪਵੇ ਥੋੜਾ ਇਹਦੇ ਉੱਪਰ, ਵਿਚਾਰ ਸਾਡੇ ਫਿਰ ਚੰਗੇ ਹੋਣਗੇ ਜਦੋਂ ਰੱਬੀ ਬਾਣੀ ਨੂੰ ਅਸੀਂ ਜੀਵਨ ਦੇ ਵਿੱਚ ਪੜਾਂਗੇ। ਰੱਬੀ ਬਾਣੀ ਦੀ ਵਿਚਾਰ ਅਸੀਂ ਰੋਜ਼ਾਨਾ ਨਿਤਨੇਮ, ਅਸੀਂ ਦੇਖ ਲਓ ਸਾਡਾ ਨਾ ਅੱਜ ਅਸੀਂ ਰਸਮੀ ਬਣ ਗਏ ਹਾਂ, ਬਿਲਕੁਲ ਕੋਈ ਸ਼ੱਕ ਨਹੀਂ, ਰਸਮੀ ਤੌਰ ਦੇ ਉੱਤੇ ਜੇ ਨਿਤਨੇਮ ਕੀਤਾ ਤਾਂ ਰਸਮੀ ਤੌਰ ਦੇ ਉੱਤੇ, ਜੇ ਗੁਰਬਾਣੀ ਨੂੰ ਪੜਿਆ ਸਹਿਜ ਪਾਠ ਕੀਤਾ ਸਾਡਾ ਤਾਂ ਰਸਮੀ ਤੌਰ, ਹਰੇਕ ਚੀਜ਼ ਅਸੀਂ ਰਸਮ ਬਣਾਤੀ ਹੈ, ਈਵਨ ਕਿ ਹਰੇਕ ਚੀਜ਼, ਬੱਚਾ ਜੰਮਦਾ ਹੈ ਬੱਚੇ ਦਾ ਆਨੰਦ ਕਾਰਜ ਹੁੰਦਾ ਹੈ, ਅੰਤਮ ਅਰਦਾਸ ਹੁੰਦੀ, ਸਾਰਾ ਅਸੀਂ ਰਸਮੀ ਤੌਰ ਦੇ ਉੱਤੇ ਬਣਾ ਦਿੱਤਾ। ਸਤਿਗੁਰੂ ਜੀ ਕਹਿੰਦੇ ਵੀ ਤੂੰ ਇਹਨੂੰ ਪੜ੍ਹ, ਇਹਨੂੰ ਗਾ, ਇਹਨੂੰ ਸੁਣ, ਸੁਣ ਕੇ ਮਨ ਦੇ ਵਿੱਚ ਭਉ ਕਰ, ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮੰਨੀ, ਵੀ ਗੁਰੂ ਦੀ ਆਗਿਆ ਨੂੰ ਸਤ ਸਤ ਕਰਕੇ ਜਦੋਂ ਮੰਨਾਂਗੇ, ਚੰਗੇ ਗੁਣ ਜੀਵਨ ਚ ਧਾਰਨ ਕਰਾਂਗੇ, ਉਦੋਂ ਸਾਡਾ ਮਨ ਜਿਹੜਾ ਹੈ ਵਸ ਦੇ ਵਿੱਚ ਹੋ ਜਾਏਗਾ, ਕੰਟਰੋਲ ਦੇ ਵਿੱਚ ਹੋ ਜਾਏਗਾ, ਮਨ ਰਾਜਾ ਬਣ ਜਾਏਗਾ ਸਾਡੇ ਸਰੀਰ ਦਾ, ਕਿਉਂਕਿ ਬਾਣੀ ਦੇ ਵਿੱਚ ਮਨ ਨੂੰ ਰਾਜਾ ਵੀ ਕਿਹਾ ਗਿਆ ਹੈ, ਮਨ ਰਾਜਾ ਮਨ ਮਨ ਤੇ ਮਾਨਿਆ। ਸਤਿਗੁਰੂ ਜੀ ਕਹਿੰਦੇ ਮਨ ਰਾਜਾ ਬਣ ਜਾਏਗਾ, ਰਾਜਾ ਉਦੋਂ ਬਣੇਗਾ ਜਦੋਂ ਅਸੀਂ ਗੁਰਬਾਣੀ ਦਾ ਇਹਦੇ ਉੱਪਰ ਅਸਰ ਪਾਵਾਂਗੇ, ਗੁਰਬਾਣੀ ਦੀ ਵਿਚਾਰ ਅਸੀਂ ਆਪਦੇ ਜੀਵਨ ਦੇ ਵਿੱਚ ਕਰਾਂਗੇ। ਜੀ ਭਾਈ ਸਾਹਿਬ, ਇੱਕ ਹੋਰ ਦਰਸ਼ਕ ਸਾਡੇ ਨਾਲ ਜੁੜੇ ਨੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਕਿੱਥੋਂ ਬੋਲ ਰਹੇ ਭਾਈ ਸਾਹਿਬ ਆਪ ਜੀ? ਹਾਂਜੀ, ਪਟਿਆਲਾ ਤੋਂ। ਠੀਕ ਹੈ ਜੀ, ਕੀ ਸਵਾਲ ਹੈ ਜੀ ਆਪ ਜੀ ਦਾ? ਮੈਂ ਪੁੱਛਣਾ ਚਾਹੁੰਦਾ ਕਿ ਕਈ ਵਾਰ ਮਨ ਦੇ ਵਿੱਚ ਇਹ ਆਉਂਦੇ ਹੈਗੀ ਹੈ ਦੁਵਿਧਾ ਕਿ ਇੱਕ ਤਾਂ ਪਹਿਲਾ ਪਹਿਰ ਹੁੰਦਾ ਜੀ, ਪਹਿਲਾ ਪਹਿਰ ਜਿਹੜਾ ਉੱਠ ਕੇ ਬੰਦਾ ਪਾਠ ਕਰਦਾ ਜੀ ਜੀ, ਪਹਿਲਾ ਪਹਿਰ ਜੀ, ਹਾਂਜੀ, ਉਹ ਕਿਹੜਾ ਹੁੰਦਾ ਜੀ? ਕਈ ਕਹਿੰਦੇ 1-2-3 ਦਾ ਹੁੰਦਾ, ਕਈ ਕਹਿੰਦੇ 12 ਵਜੇ ਉੱਠ ਕੇ ਵੀ ਤੁਸੀਂ ਪਾਠ ਕਰ ਸਕਦੇ ਹੋ। ਜੇ ਵਿਸ਼ੇ ਨਾਲ ਸੰਬੰਧਿਤ ਸਵਾਲ ਕਰੋ ਤਾਂ ਥੋੜਾ ਜ਼ਿਆਦਾ ਵਧੀਆ, ਆਪਾਂ ਫਿਰ ਕਿਸ ਦਿਨ ਰੱਖ ਲਾਂਗੇ, ਅੰਮ੍ਰਿਤ ਵੇਲੇ ਤੇ ਜਾਂ ਪਹਿਲੇ ਪਹਿਰ ਤੇ? ਵਿਸ਼ੇ ਮਨ ਦੇ ਨਾਲ ਕੋਈ ਸਵਾਲ ਹੈ ਆਪ ਜੀ ਦਾ, ਮਨ ਨਾਲ ਸੰਬੰਧਿਤ? ਮਨ ਨਾਲ ਹੀ ਹੈ ਜੀ, ਕਿ ਕਈ ਵਾਰ ਜੇ ਨਹੀਂ ਹੁੰਦਾ ਤੇ ਮਨ ਕਹਿੰਦਾ ਕਿ ਜੇ ਨਹੀਂ ਉੱਠੇਗਾ ਨਾ ਉੱਠਿਆ ਜਾਵੇ, ਤੇ ਬੰਦਾ 8 ਵਜੇ ਮਨ ਆਲਸੀ ਕਿਉਂ ਹੁੰਦਾ? ਤੁਹਾਡਾ ਸਵਾਲ ਅਸਲ ਚ ਕਿਉਂ ਹੁੰਦਾ? ਹਾਂ, ਮਨ ਆਲਸੀ ਕਿਉਂ ਹੁੰਦਾ ਜੀ? ਧੰਨਵਾਦ ਜੀ ਸਵਾਲ ਕਰਨ ਦੇ ਲਈ। ਹਾਂਜੀ ਭਾਈ ਸਾਹਿਬ, ਮਨ ਆਲਸੀ ਕਿਉਂ ਹੁੰਦਾ? ਭਾਵ ਕਿ ਸਾਨੂੰ ਪਤਾ ਹੈ ਕਿ ਅੰਮ੍ਰਿਤ ਵੇਲੇ ਜਿਹੜਾ ਹੈ ਤੜਕਾ ਜੀਵਨ ਵਿੱਚ ਆ ਜਾਏ ਤਾਂ ਵਾਕਈ ਗੱਲ ਬਣ ਜਾਂਦੀ ਹੈ। ਮਨ ਆਲਸੀ ਹੋਣ ਦਾ ਕਾਰਨ ਇਹੀ ਹੈ ਵੀ ਪਹਿਲਾਂ ਵੀ ਬੇਨਤੀ ਕਰ ਚੁੱਕੇ ਵੀ ਅਸੀਂ ਇਹਨੂੰ ਖੁੱਲਾ ਛੱਡ ਰੱਖਿਆ ਜੀ, ਆਲਸਪੁਣਾ ਜਿਹੜਾ ਹੈ ਸਾਡੇ ਹੋਣ ਦਾ ਕਾਰਨ ਇਹੀ ਹੈ ਵੀ ਅਸੀਂ ਨਿਯਮਾਂ ਦੇ ਵਿੱਚ ਨਹੀਂ ਰਹਿ ਰਹੇ। ਰੱਬ ਜੀ ਨੇ ਜਿਹੋ ਜਿਹੇ ਨਿਯਮ ਸਾਡੇ ਵਿੱਚ ਪੈਦਾ ਕੀਤੇ, ਜਿਹੋ ਜਿਹਾ ਕਾਨੂੰਨ ਬਣਾਇਆ, ਅਸੀਂ ਉਹ ਨਿਯਮਾਂ ਤੋਂ ਬਿਲਕੁਲ ਬਾਹਰ ਹਾਂ, ਮਨ ਨੂੰ ਖੁੱਲ੍ਹਾ ਛੱਡ ਰੱਖਿਆ। ਮਨ ਤੇ ਹਾਂ, ਤੁਸੀਂ ਦੇਖੋ ਨਾ ਸਾਡੇ ਅਵਸਥਾਵਾਂ ਜਿਹੜੀਆਂ ਮਨ ਦੀਆਂ ਅਵਸਥਾਵਾਂ ਨੇ, ਉਹ 4 ਤਰ੍ਹਾਂ ਦੀਆਂ ਅਵਸਥਾਵਾਂ ਮੰਨੀਆਂ ਗਈਆਂ ਸਾਡੇ ਮਨ ਦੀਆਂ ਜੀ। ਜਾਗ੍ਰਿਤ ਅਵਸਥਾ, ਦੂਸਰੀ ਅਵਸਥਾ ਹੈ ਸੁਪਨਿਆਂ ਦੀ ਅਵਸਥਾ, ਤੀਸਰੀ ਅਵਸਥਾ ਹੈ ਗੂੜੀ ਨੀਂਦ ਦੀ ਅਵਸਥਾ, ਤੇ ਚੌਥੀ ਅਵਸਥਾ ਹੈ
ਜਿਹਨੂੰ ਆਪਾਂ ਤੁਰੀਆ ਅਵਸਥਾ ਕਹਿ ਸਕਦੇ ਜਾਂ ਚੌਥਾ ਪਦ ਕਹਿ ਸਕਦੇ। ਹੁਣ ਇਹਦਾ ਇਹਦਾ ਚਾਰੇ ਪਦਾਂ ਦਾ ਮਤਲਬ, ਪਹਿਲੀ ਅਵਸਥਾ ਜਿਹੜੀ ਹੈ ਜਾਗ੍ਰਿਤੀ ਅਵਸਥਾ, ਜਾਗ੍ਰਿਤੀ ਅਵਸਥਾ ਉਹ ਹੁੰਦੀ ਹੈ ਜਦੋਂ ਸਾਡਾ ਮਨ ਜਿਹੜਾ ਹੈ ਨਾ ਬਿਲਕੁਲ ਜਾਗਦਾ ਹੋਵੇ, ਜਿਵੇਂ ਅਸੀਂ ਹੁਣ ਆਪਾਂ ਗੱਲਾਂ ਵਿਚਾਰਾਂ ਕਰ ਰਹੇ ਹਾਂ, ਸਾਡਾ ਮਨ ਜਾਗ ਰਿਹਾ, ਸਾਡਾ ਤਨ ਵੀ ਜਾਗ ਰਿਹਾ, ਹਰੇਕ ਸਾਡੇ ਮਨ ਨੂੰ ਪਤਾ ਵੀ ਅਸੀਂ ਕੀ ਹਰਕਤ ਕਰਨੀ ਹੈ। ਦੂਸਰੀ ਅਵਸਥਾ ਹੁੰਦੀ ਹੈ ਸੁਪਨਿਆਂ ਦੀ ਅਵਸਥਾ। ਕਈ ਵਾਰੀ ਕੀ ਹੁੰਦਾ, ਬੰਦਾ ਸੁਪਨਿਆਂ ਦੇ ਵਿੱਚ ਵੀ ਦੇਖ ਲਓ, ਸਰੀਰ ਸਾਡਾ ਸੌਂ ਗਿਆ, ਅੱਖਾਂ ਵੀ ਸੌਂ ਗਈਆਂ, ਸਾਡੇ ਕੰਨ ਵੀ, ਨੱਕ, ਸਾਡਾ ਸਾਰਾ ਸਰੀਰ ਸੌਂ ਗਿਆ, ਪਰ ਸਾਡਾ ਮਨ ਫਿਰ ਵੀ ਜਾਗ ਰਿਹਾ। ਤੁਸੀਂ ਉਦਾਹਰਣ ਦੇ ਤੌਰ ਤੇ ਦੇਖ ਲਓ ਵੀ ਰਾਤ ਨੂੰ ਸਾਡੀਆਂ ਅੱਖਾਂ ਤੇ ਬੰਦ ਨੇ, ਪਰ ਸੁਪਨਿਆਂ ਦੇ ਵਿੱਚ ਸਾਨੂੰ ਬੜਾ ਕੁਝ ਦਿਖਾਈ ਦਿੰਦਾ, ਮਨ ਜਾਗਦਾ ਫਿਰਦਾ ਰਾਤ ਨੂੰ ਵੀ। ਤੀਸਰੀ ਅਵਸਥਾ ਹੈ ਗੂੜੀ ਨੀਂਦ ਦੀ ਅਵਸਥਾ, ਵੀ ਜਦੋਂ ਬਿਲਕੁਲ ਘੂਕ ਸੌਂ ਜਾਏ ਸਾਡਾ ਮਨ, ਬਿਲਕੁਲ ਐ ਮਨ ਵੀ ਸੌਂ ਜਾਏ ਤੇ ਸਾਡਾ ਸਰੀਰ ਵੀ ਸੌਂ ਜਾਏ, ਕੋਈ ਪਤਾ ਨਹੀਂ ਹੈ ਉਦੋਂ। ਚੌਥੀ ਅਵਸਥਾ ਦਾ ਜਿਹੜਾ ਜ਼ਿਕਰ ਆਇਆ ਵੀ ਤੁਰੀਆ ਅਵਸਥਾ, ਜਿਹਨੂੰ ਚੌਥਾ ਪਦ ਕਿਹਾ ਜਾਂਦਾ, ਇਹ ਚੌਥਾ ਪਦ ਕੀ ਹੈ, ਵੀ ਜਦੋਂ ਸਾਡਾ ਮਨ ਜਿਹੜਾ ਹੈ ਵਿਕਾਰਾਂ ਵੱਲੋਂ ਸੌਂ ਗਿਆ। ਵੈਸੇ ਤੇ ਸਾਡਾ ਮਨ ਜਿਹੜਾ ਜਾਗਦਾ, ਪਰ ਵਿਕਾਰਾਂ ਦੇ ਵੱਲੋਂ ਸੌਂ ਗਿਆ, ਕਾਮ ਕ੍ਰੋਧ ਦੇ ਵੱਲੋਂ ਸੌਂ ਗਿਆ, ਲੋਭ ਦੇ ਵੱਲੋਂ ਸੌਂ ਗਿਆ, ਹੰਕਾਰ ਦੇ ਵੱਲੋਂ ਸੌਂ ਗਿਆ, ਜਦੋਂ ਆ ਅਵਸਥਾ ਆ ਗਈ ਨਾ ਸਾਡੇ ਉੱਪਰ, ਫਿਰ ਸਾਡਾ ਮਨ ਜਿਹੜਾ ਹੈ ਅੰਮ੍ਰਿਤ ਵੇਲੇ ਨੂੰ ਅਸੈਪਟ ਕਰੇਗਾ। ਨਹੀਂ ਤੇ ਕਈ ਬੰਦੇ ਅੰਮ੍ਰਿਤ ਵੇਲੇ ਵੀ ਬੜਾ ਉੱਠਦੇ ਨੇ, ਡੇਢ ਡੇਢ ਵਜੇ ਵੀ ਉੱਠਦੇ ਨੇ, ਪਰ ਵਿਕਾਰ ਫਿਰ ਵੀ ਨਹੀਂ ਛੱਡਦੇ। ਬਿਲਕੁਲ ਜੀ, ਮੇਰੇ ਨਾਲ ਦੇ ਕ੍ਰੋਧ ਦੇ ਭਜਨ ਦੇ ਕੰਮ ਵਿੱਚ ਜਾਂ ਕਹਿ ਲਈਓ ਕਿ ਆਪਣੇ ਆਪ ਨੂੰ ਖੋਜਣ ਦੇ ਕੰਮ ਵਿੱਚ ਮਨ ਫਿਰ ਆਲਸ ਪੂਣਾ ਨਹੀਂ ਕਰਦਾ। ਜਿਹਨੂੰ ਪਤਾ ਹੋਵੇ ਵੀ ਮੈਂ ਇਹ ਕੰਮ ਕਰ ਕਿਉਂ ਰਿਹਾ, ਮੈਂ ਪਾਠ ਕਰ ਕਿਉਂ ਰਿਹਾ ਵਾਂ, ਬਿਲਕੁਲ ਉਹਨਾਂ ਨੂੰ ਪਤਾ ਨਹੀਂ ਹੈ ਵੀ ਰਸਮੀ ਤੌਰ ਦੇ ਉੱਤੇ ਸਤਿਗੁਰੂ ਜੀ ਬਾਣੀ ਬੁਰੇ ਕੰਮ ਕੋ ਉਠ ਖਲੋਆ ਨਾਮ ਕੀ ਬੇਲਾ ਪੈ ਪੈ ਸੁਆ, ਮਨ ਦੀ ਅਵਸਥਾ ਅਸੀਂ ਇਹ ਬਣਾਈ ਹੈ। ਤੇ ਜਦੋਂ ਗੁਰਬਾਣੀ ਦਾ ਗਿਆਨ ਅਸੀਂ ਲਾਂਗੇ ਜੀਵਨ ਦੇ ਵਿੱਚ, ਰੱਬੀ ਬਾਣੀ ਦੀ ਵਿਚਾਰ ਥੋੜੀ ਥੋੜੀ ਕਰਕੇ, ਇੱਕ ਮੰਨ ਲਓ ਅੱਜ ਇੱਕ ਅੰਗ ਸਹਿਜ ਪਾਠ ਕੀਤਾ, ਕੱਲ ਦੋ ਅੰਗ ਉਹਨਾਂ ਨੂੰ ਵਿਚਾਰ ਕੇ ਜਦੋਂ ਜੀਵਨ ਚ ਵਸਾਇਆ, ਫਿਰ ਸਾਡੇ ਵਿੱਚੋਂ ਆਲਸਪੁਣਾ ਜਿਹੜਾ ਹੈ ਹੌਲੀ ਹੌਲੀ ਖਤਮ ਹੋਇਆ। ਗੁਰਬਾਣੀ ਦੇ ਸ਼ਬਦ ਦੀ ਡੇਲੀ ਜੇ ਅਸੀਂ ਵਿਚਾਰ ਕਰਾਂਗੇ ਤਾਂ ਆਲਸਪੁਣਾ ਦੂਰ ਹੋ ਸਕਦਾ। ਬਿਲਕੁਲ ਜੀ, ਇੱਕ ਦਰਸ਼ਕ ਹੋਰ ਸਾਡੇ ਨਾਲ ਜੁੜੇ ਨੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਜੀ, ਕਿੰਨਿਆਂ ਨਾਲ ਚੰਗਾ ਕੀਤਾ ਮੈਂ, ਪਰ ਮੇਰੇ ਨਾਲ ਕੋਈ ਮਤਲਬ ਚੰਗਾ ਕੀਤਾ ਜੀ, ਮੇਰੇ ਪੁੱਛ ਕੇ ਜੀ 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 ਤੁਹਾਨੂੰ ਗਿਲਾ ਹੈ ਕਿ ਦੁਨੀਆਂ ਦੇ ਮਨ ਕਾਲੇ ਹੋਏ ਪਏ ਨੇ ਤੇ ਤੁਸੀਂ ਭਲਾ ਕੀਤਾ ਪਰ ਤੁਹਾਡੇ ਨਾਲ ਭਲਾ ਨਹੀਂ ਹੋ ਰਿਹਾ। ਗੁਰਬਾਣੀ ਦੇ ਆਸ਼ੇ ਵਿੱਚ ਅਸੀਂ ਖੋਲਦੇ ਹਾਂ ਜੀ ਇਸ ਨੂੰ ਜੀ। ਹਾਂਜੀ, ਵੀ ਭਾਈ ਸਾਹਿਬ ਦਾ ਸਵਾਲ ਹੈ ਵੀ ਦੁਨੀਆਂ ਦੇ ਮਨ ਕਾਲੇ ਕਿਉਂ ਨੇ, ਵੀ ਅੰਦਰੋਂ ਹੋਰ ਬਾਹਰੋਂ ਹੋਰ ਉਹ ਵਾਲੀ ਚੀਜ਼ ਹੋ ਗਈ ਨਾ। ਬਿਲਕੁਲ ਜੀ, ਤਾਂ ਗੁਰੂ ਸਾਹਿਬ ਨੇ, ਤੁਸੀਂ ਦੇਖੋ ਜਦੋਂ ਬਾਣੀ ਪੜ੍ਹਦੇ ਹੋ, ਗੁਰੂ ਸਾਹਿਬ ਤਾਂ ਪਹਿਲੇ ਹੀ ਸਾਨੂੰ ਸੁਚੇਤ ਕਰ ਰਹੇ ਜੀ ਵੀ ਆ ਐਵੇਂ ਬੰਦੇ ਆ, ਮਨ ਨੂੰ ਆਪਦੇ ਨੂੰ ਦੁਨੀਆਂ ਦੇ ਝੰਬੇਲੇ ਦੇ ਵਿੱਚ ਨਾ ਪਾਈ ਜੀ। ਵੀ ਪ੍ਰਾਣੀ ਤੂੰ ਆਇਓ ਲਾਹ ਲੈਣ, ਤੂੰ ਤੇ ਲਾਹ ਲੈਣ ਵਾਸਤੇ ਆਏ, ਲੱਗਾ ਕਿ ਤੂੰ ਫੱਕੜੇ ਸਭ ਮੁੱਕਦੀ ਚੱਲੀ ਰਹਿਣ, ਤੇਰੀ ਜ਼ਿੰਦਗੀ ਦੀ ਰਹਿਣ ਮੁੱਕਦੀ ਜਾ ਰਹੀ ਹੈ, ਹਨਾ ਵੀ ਤੂੰ ਤੇ ਲੱਗਾ ਹੀ ਹੋਰ ਕੁਫੱਕੜਿਆਂ ਦੇ ਵਿੱਚ ਹੈ, ਭੈੜੇ ਕੰਮਾਂ ਦੇ ਵਿੱਚ ਲੱਗਾ ਹੋਇਆ ਜੀ। ਤੇ ਮਨ ਨੂੰ ਸਾਡੇ ਨੂੰ ਪਹਿਲਾਂ ਹੀ ਗੁਰੂ ਸਾਹਿਬ ਸੁਚੇਤ ਕਰ ਰਹੇ ਨੇ ਵੀ ਤੂੰ ਸੁਚੇਤ ਹੋ ਜਾ, ਚੰਗਾ ਰਹੇਗਾ ਜੇ ਸੁਚੇਤ ਹੋ ਜਾਏਗਾ। ਇਸ ਕਰਕੇ ਮਨ ਨੂੰ ਅਸੀਂ ਜੇ ਉਹ ਗੁਰੂ ਸਾਹਿਬ ਬਚਨ ਕਰਦੇ ਵੀ ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀ, ਉਹਨਾਂ ਤੋਂ ਸੁਚੇਤ ਰਹਿ, ਸਤਿਗੁਰੂ ਜੀ ਕਹਿੰਦੇ ਉਹਨਾਂ ਤੋਂ ਜਾਗਦਾ ਰਹੇ। ਨਹੀਂ, ਜਿਵੇਂ ਇਹਨਾਂ ਨੇ ਕਿਹਾ ਸੀ ਨਾ ਵੀ ਮੈਂ ਭਲਾ ਕਰਦਾ, ਲੋਕੀ ਮੇਰੇ ਨਾਲ ਭਲਾ, ਵੀ ਇਹ ਕਿੱਦਾਂ ਹੁਣ ਇਹਨਾਂ ਨੂੰ ਅਸੀਂ ਸਮਝਾ ਸਕਦੇ ਹਾਂ ਗੁਰਬਾਣੀ ਦੇ ਆਸ਼ੇ ਵਿੱਚ, ਭਲਾ ਦੂਜਿਆਂ ਤੋਂ ਨਾ ਲੋਚੋ ਜਾਂ ਕਿਸ ਤਰ੍ਹਾਂ। ਬਿਲਕੁਲ ਜੀ, ਅਸੀਂ ਭਲਾ ਕਰਕੇ ਨਾ ਕਿਸੇ ਦਾ ਵੀ, ਮੰਨ ਲਓ ਜੇ ਅਸੀਂ ਭਲਾ ਕਰਦੇ ਹਾਂ ਜੀ, ਤੇ ਉਹਦੇ ਬਦਲੇ ਸਾਡਾ ਭਲਾ ਜਿਹੜਾ ਹੈ ਇਹ ਰੱਬ ਵੇਖ ਰਿਹਾ ਸਾਡੇ ਵਾਸਤੇ ਜੀ। ਬਿਲਕੁਲ, ਹਨਾ, ਜੇ ਅਸੀਂ ਕਹਾਂਗੇ ਵੀ ਸਾਨੂੰ ਕੋਈ ਉਹ ਚੀਜ਼ ਦਾ ਮਿਲੇ ਲਾਭ ਵੀ ਅਸੀਂ ਕਿਸੇ ਦਾ, ਇੱਕ ਕਹਾਣੀ ਹੁੰਦੀ ਸੀ ਛੋਟੇ ਹੁੰਦੇ ਆ ਪੜ੍ਹਦੇ ਸੀ, ਕਰ ਭਲਾ ਹੋ ਭਲਾ, ਹਾਂ ਹਾਂ ਅੰਤ ਭਲੇ ਦਾ, ਉਹ ਅਸੀਂ ਆਪਦੀ ਜ਼ਿੰਦਗੀ ਦੇ ਵਿੱਚ ਭਲਾ ਕਰਕੇ ਜਿਹੜਾ ਹੈ ਉਹਦਾ ਲਾਭ ਨਹੀਂ ਦੇਖਣਾ ਜੀ, ਉਹ ਨੇਕੀ ਕਰ ਭੁੱਲ ਜਾ, ਹਨਾ ਵੀ ਨੇਕੀ ਕਰਕੇ ਤੂੰ ਬੰਦਿਆ ਭੁੱਲ ਜਾ ਵੀ ਮੈਂ ਨੇਕੀ ਕੀਤੀ ਹੈ, ਕਿਉਂਕਿ ਅਸੀਂ ਨਾ ਕਈ ਵਾਰੀ ਇਹ ਵੀ ਚੀਜ਼ ਦਾ ਹੰਕਾਰ ਜਾ ਕਰ ਲੈਂਦੇ ਹਾਂ, ਮੈਂ 40 ਪਾਠ ਕਰ ਦਿੱਤੇ, ਮੈਨੂੰ ਪ੍ਰਾਪਤ ਤੇ ਕੁਝ ਵੀ ਨਹੀਂ ਹੋਇਆ, ਮੈਂ ਤੇ ਇੰਨੇ ਅਖੰਡ ਪਾਠ ਸਾਹਿਬ ਕਰਾ ਦਿੱਤੇ, ਇੰਨੀ ਭੇਟਾ ਦੇ ਦਿੱਤੀ, ਮੈਨੂੰ ਤੇ ਕੁਝ ਪ੍ਰਾਪਤ ਹੀ ਨਹੀਂ ਹੋਇਆ। ਸਤਿਗੁਰੂ ਜੀ ਕਹਿੰਦੇ ਵੀ ਮਨ ਦੇ ਵਿੱਚ ਤੇ ਰੱਖੀ ਫਿਰਦਾ, ਜੇ ਦਾਨ ਦੇ ਵੀ ਦਿੱਤਾ, ਦਾਨ ਦੇ ਕੇ ਵੀ ਬੰਦਾ ਸੋਚਦਾ ਵੀ ਮੈਂ ਫਲਾਣਾ ਸਿੰਘ ਨੇ ਜੇ ਇੰਨੇ 100 ਰੁਪਈਏ ਦਿੱਤੇ,
ਮਨ ਦੇ ਵਿੱਚ ਰੱਖੀ ਫਿਰਦਾ ਬੰਦਾ ਹੰਕਾਰ ਲਈ, ਇਹ ਹੰਕਾਰ ਸਤਿਗੁਰੂ ਜੀ ਕਹਿੰਦੇ ਛੱਡਣਾ ਪਏਗਾ, ਫਿਰ ਜ਼ਿੰਦਗੀ ਦੇ ਵਿੱਚ ਤੇਰਾ ਵਿਕਾਸ ਹੋਏ, ਅਸੀਂ ਆਪਣੀ ਭਲਾਈ ਦੇ ਕੰਮ ਜਾਰੀ ਰੱਖੀਏ। ਹਾਂਜੀ ਜੀ, ਬਾਕੀ ਅਸੀਂ ਆਪਣੇ ਮਨ ਨੂੰ ਸਾਫ਼ ਕਰਨ ਦਾ ਯਤਨ ਕਰੀਏ, ਬਾਕੀ ਹਰ ਕੋਈ ਆਪਣੇ ਆਪਣੇ ਪੱਧਰ ਤੇ ਆਪਣੇ ਆਪ ਨੂੰ ਪਵਿੱਤਰ ਕਰਨ ਦੀ ਕੋਸ਼ਿਸ਼ ਕਰੀਏ ਗੁਰਬਾਣੀ ਦੀ ਆਸ਼ਾ ਦੇ ਅਨੁਸਾਰ। ਭਾਈ ਸਾਹਿਬ ਜੀ, ਬਹੁਤ ਸੋਹਣੀਆਂ ਵਿਚਾਰਾਂ ਆਪ ਜੀ ਜੋ ਕਰ ਰਹੇ ਸੀ ਸਾਡੇ ਦਰਸ਼ਕਾਂ ਦੇ ਨਾਲ ਸਾਂਝੀਆਂ। ਦਿਲ ਤਾਂ ਨਹੀਂ ਕਰ ਰਿਹਾ ਕਿ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕੀਤਾ ਜਾਵੇ, ਪਰ ਫਿਰ ਕਿਸੇ ਦਿਨ ਸਮਾਂ ਬਣਾ ਕੇ ਆਪਾਂ ਇਸੇ ਟੌਪਿਕ ਤੇ ਮੈਂ ਚਾਹਾਂਗੀ ਕਿ ਫਿਰ ਵਿਚਾਰ ਕਰੀਏ। ਸੋ ਬਹੁਤ ਧੰਨਵਾਦ ਆਪ ਜੀ ਦਾ, ਆਪ ਜੀ ਸਾਡੇ ਸਟੂਡੀਓ ਵਿੱਚ ਆ ਕੇ ਦਰਸ਼ਕਾਂ ਦੇ ਨਾਲ ਇੰਨੀਆਂ ਵਿਚਾਰਾਂ ਸਾਂਝੀਆਂ ਕੀਤੀਆਂ। ਉਮੀਦ ਹੈ ਕਿ ਦਰਸ਼ਕ ਵੀ ਹੁਣ ਮਨ ਤੇ ਕੰਮ ਕਰਨਾ ਸ਼ੁਰੂ ਕਰਨਗੇ, ਮਨ ਨੂੰ ਕੰਟਰੋਲ ਕਰਨਗੇ। ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣਾ ਮੂਲ ਪਛਾਣਨ ਵਾਲੀ ਗੱਲ ਤਾਂ ਸਾਡੀ ਰਹੇਗੀ ਕਿ ਮੇਨ ਜਿਹੜਾ ਬੇਸ ਹੈ ਜਿਹੜਾ ਗੁਰਬਾਣੀ ਸਾਨੂੰ ਕਹਿ ਰਹੀ ਹੈ ਕਿ ਆਪਣਾ ਮੂਲ ਪਛਾਣ ਤੂੰ ਪਰਮਾਤਮਾ ਦੀ ਅੰਸ਼ ਹੈ, ਅਸੀਂ ਉਸ ਆਸ਼ੇ ਤੱਕ ਪਹੁੰਚਾਂਗੇ ਜੀ। ਬਹੁਤ ਧੰਨਵਾਦ ਆਪ ਜੀ ਦਾ ਜੀ, ਸਾਰੀ ਸੰਗਤ ਦਾ, ਸਮੂਹ ਸਰੋਤਿਆਂ ਦਾ, ਦੇਸ਼ ਵਿਦੇਸ਼ ਦੇ ਵਿੱਚ ਵਸ ਰਹੀ ਸਮੂਹ ਗੁਰਬਾਣੀ ਟੀਵੀ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।